ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਮੌਸਮ ਹੈ, ਆਈ ਥਿੰਕ ਮੇਰਾ ਫੇਵਰੇਟ ਮੌਸਮ ਹੈ ਇਹ, ਜਿਹੜੀ ਫੋਲ ਇੱਕ ਤਰ੍ਹਾਂ ਨਾਲ ਫੀਲਿੰਗ ਸ਼ੁਰੂ ਹੋ ਗਈ ਕਿ ਫੋਲ ਆ ਗਈ। ਸੋ ਬੜੀ ਮਿੱਠੀ ਮਿੱਠੀ ਠੰਡਾ ਠੰਡ ਅਤੇ ਉੱਪਰੋਂ ਧੁੱਪ, ਲਵਲੀ। ਸੋ ਆਈ ਐਮ ਹੋਪਿੰਗ ਕਿ ਤੁਸੀਂ ਸਾਰੇ ਵੀ ਉਹ ਇੰਜੋਏ ਕਰ ਰਹੇ ਹੋਵੋਗੇ। ਐਂਡ ਬੱਚਿਆਂ ਦੀ ਵਕੇਸ਼ਨ ਖਤਮ ਹੋਣ ਵਾਲੀ ਹੈ। ਸਾਡੇ ਕੋਲ ਸਵਾਲ ਆਇਆ ਇੱਕ ਯੰਗ ਮੌਮ ਦਾ। ਆਈ ਨੋ ਸਾਰੇ ਆਪਣਾ ਆਪਣਾ ਟਾਈਮ ਯਾਦ ਕਰੋ, ਬੇਸ਼ੱਕ ਦੂਰ ਲੱਗਦਾ ਕਿ ਉਹ ਬੜੇ ਛੋਟੇ ਬੱਚੇ ਤਾਂ ਬੜੀ ਦੇਰ ਹੋ ਗਈ, ਬਟ ਸਟਿਲ ਯੂ ਹੈਵ ਲੋਟ ਆਫ ਐਕਸਪੀਰੀਅੰਸ। ਸੋ ਜ਼ਰੂਰ ਇਹਨਾਂ ਨੂੰ ਦੱਸੋ ਕਿ ਕੀ ਕਹਿੰਦੇ ਹੋ। ਇਹਨਾਂ ਦੀ ਪਰੇਸ਼ਾਨੀ ਹੈ ਕਿ ਇਹਨਾਂ ਦੇ 3 ਬੱਚੇ ਹੈ ਔਰ ਜਿਹੜੀ ਵੱਡੀ ਕੁੜੀ ਹੈ ਕਹਿੰਦੇ ਨੇ ਉਹ ਆਪਣੇ ਆਪ ਕੰਮ ਕਰ ਲੈਂਦੀ ਹੈ, ਬਹੁਤ ਵਧੀਆ, ਸਾਰਾ ਕੁਛ, ਕੋਈ ਪ੍ਰੋਬਲਮ ਨਹੀਂ ਹੈ, ਹੁਣ ਹਾਈ ਸਕੂਲ 'ਚ ਜਾਣਾ ਹੈ ਉਹਨੇ। ਸੋ ਜਿਹੜਾ ਦੂਸਰਾ ਬੱਚਾ ਹੈ, ਮੁੰਡਾ ਹੈ, ਉਹ ਹੁਣ ਮਿਡਲ ਸਕੂਲ ਦੇ ਵਿੱਚ ਸੈਕਿੰਡ ਈਅਰ ਜਾਏਗਾ, ਪਰ ਕਹਿੰਦੇ ਸ਼ੁਰੂ ਤੋਂ ਇੰਨਾ ਕੰਮ ਨਹੀਂ ਕਰਦਾ ਸੀ, ਛੋਟੇ ਹੁੰਦੇ ਤੋਂ ਇੰਨਾ ਮੁਸ਼ਕਿਲ ਸੀ ਉਹਦਾ, ਕੋਈ ਹੋਮਵਰਕ ਕਰਾਉਣਾ, ਕੋਈ ਘਰ ਦਾ ਕੰਮ ਕਰਾਉਣਾ, ਕੁਛ ਵੀ ਉਹਦੇ ਤੋਂ ਮੁਸ਼ਕਿਲ ਹੈ। ਸੋ ਉਹਨੂੰ ਬਿਠਾ ਕੇ ਹੋਮਵਰਕ ਕਰਾਉਣਾ, ਫਿਰ ਵੀ ਉਹਨੇ ਕੋਈ ਬਹਾਨੇ ਲਾ ਕੇ ਨਾ ਉੱਠ ਜਾਣਾ। ਸਾਰਾ ਟਾਈਮ ਇਹੀ ਹੁੰਦਾ ਸੀ ਕਿ ਮੇਰਾ ਇੱਕ ਚੈਲੰਜ ਹੈ ਕਿ ਉਹਨੂੰ ਹੋਮਵਰਕ ਕਿਵੇਂ ਕਰਾਉਣਾ। ਸੋ ਕਰਦਾ ਨਹੀਂ ਸੀ, ਫਿਰ ਕੋਈ ਥੋੜ੍ਹਾ ਜਿਹਾ ਵੱਡਾ ਹੋਇਆ, ਕੰਪਲੇਨਸ ਆਉਣੀਆਂ ਸ਼ੁਰੂ ਹੋ ਗਈਆਂ, ਫਿਰ ਮੈਂ ਬਿਠਾਉਣਾ ਸ਼ੁਰੂ ਕਰਤਾ। ਸੋ ਇਹ ਬੜੀ ਉਹਦਾ ਹਮੇਸ਼ਾ ਤੋਂ ਇਸ਼ੂ ਰਿਹਾ। ਪਰ ਹੁਣ ਮੈਨੂੰ ਹੋਰ ਕੰਸਰਨ ਇਹ ਹੈ ਕਿ ਹੁਣ ਜਿਹੜਾ ਕੰਮ ਕਰਦਾ ਹੈ ਉਹ ਕਾਪੀ ਕਰਦਾ ਹੈ। ਹੁਣ ਜਿਵੇਂ ਐਗਜ਼ਾਮਪਲ ਦੇ ਰਹੇ ਸੀ ਕਿ ਸਾਰੀ ਛੁੱਟੀਆਂ ਦਾ ਕੰਮ ਉਹਨੇ ਸਾਰਾ ਟਾਈਮ ਨਹੀਂ ਹੱਥ ਲਾਇਆ, ਹੁਣ ਅਗਰ ਲਾ ਰਿਹਾ ਤਾਂ ਇੱਧਰ ਉੱਧਰ ਫੋਨ ਕਰੇਗਾ, ਜਿਹਨੇ ਕਰ ਲਿਆ ਉਹਦਾ ਬਸ ਕਾਪੀ ਕਰਨਾ। ਸੋ ਆਪ ਨੂੰ ਕਿਵੇਂ ਆਏਗਾ? ਸੋ ਮੈਂ ਬੜੀ ਕੰਸਰਨ ਹਾਂ। ਔਰ ਉੱਪਰੋਂ ਕਾਪੀ ਕਰਨ ਦਾ ਜਿਹੜਾ, ਔਰ ਸਮਾਰਟ ਬੜਾ ਹੈ, ਦਿਮਾਗ ਬਹੁਤ ਹੈ, ਅੱਛੇ ਨੰਬਰ ਲਿਆਉਂਦਾ, ਪਰ ਪੜ੍ਹਦਾ ਪੁੜ੍ਹਦਾ ਨਹੀਂ ਹੈ, ਪਰ ਹੀ ਇਜ਼ ਵੈਰੀ ਸਮਾਰਟ। ਦ ਓਨਲੀ ਥਿੰਗ ਇਜ਼ ਕਿ ਕਹਿੰਦੇ ਨੇ ਕਿ ਮੈਨੂੰ ਬੜਾ ਕੰਸਰਨ ਰਹਿੰਦਾ ਕਿ ਇੰਝ ਹੀ ਕਾਪੀ ਕਰ ਕਰਕੇ ਅਗਰ ਇਹ ਕਰੇਗਾ, ਇਹਨੂੰ ਆਦਤ ਪੈ ਜਾਏਗੀ, ਅਤੇ ਇਹ ਆਪ ਕਦੋਂ ਪੜ੍ਹੇਗਾ? ਵੈਸੇ ਵੀ ਨਹੀਂ ਪੜ੍ਹਦਾ, ਹੋਮਵਰਕ ਵੇਲੇ ਥੋੜ੍ਹਾ ਰਿਵੀਜ਼ਨ ਹੋ ਜਾਂਦੀ ਹੈ, ਥੋੜ੍ਹਾ ਸਮਝ ਆ ਜਾਂਦੀ ਹੈ, ਉਹ ਵੀ ਨਹੀਂ ਕਰੇਗਾ। ਸੋ ਮੈਂ ਕਿਸ ਤਰ੍ਹਾਂ ਇਹਦੇ ਤੋਂ ਕਾਪੀ ਵਾਲਾ ਹੋਮਵਰਕ ਛੁਟਾਵਾਂ ਅਤੇ ਆਪਣਾ ਹੋਮਵਰਕ ਕਰਨ ਦਾ ਸ਼ੁਰੂ ਕਰਾਵਾਂ? ਕੀ ਪਲੀਜ਼ ਮੈਨੂੰ ਟਿਪਸ ਦਿਓ, ਮੈਨੂੰ ਹੈਲਪ ਕਰੋ। ਕਹਿੰਦੇ ਛੋਟਾ ਬੱਚਾ ਉਸ ਤੋਂ ਛੋਟਾ ਹੈ ਜਿਹੜਾ, ਉਹ ਵੀ ਠੀਕ ਠਾਕ ਹੈ, ਮਤਲਬ ਆਪਣੀ ਭੈਣ ਵਾਕਰ ਨਹੀਂ ਇੰਨਾ ਜ਼ਿਆਦਾ ਉਹ, ਪਰ ਫਟ ਕੰਮ ਫਿਨਿਸ਼ ਕਰਕੇ ਆਪਣਾ ਖੇਡਾਂ 'ਚ ਦੌੜ ਜਾਂਦਾ। ਇਹ ਜੇ ਮੈਂ ਬਿਠਾਵਾਂ 'ਤੇ ਬੈਠਾ ਹੀ ਰਹਿੰਦਾ, ਅਤੇ ਜੇ ਨਹੀਂ ਬੈਠਾਵਾਂ ਤਾਂ ਫਿਰ ਤਾਂ ਲੋੜ ਹੀ ਨਹੀਂ। ਸੋ ਹੁਣ ਵੱਡਾ ਹੋ ਰਿਹਾ ਅਤੇ ਉਸ ਤਰ੍ਹਾਂ ਵੀ ਨਹੀਂ ਕਿ ਮੇਰੇ ਬਿਠਾਉਣਾ, ਔਰ ਮੈਨੂੰ ਸਾਰੇ ਸਬਜੈਕਟਸ ਆਉਂਦੇ ਵੀ ਨਹੀਂ ਕਿ ਮੈਂ ਇਹਨੂੰ ਸਾਰਾ ਹੋਮਵਰਕ ਕਰਾ ਦਾਂ। ਸੋ ਪਲੀਜ਼ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਇਹ, ਕੀ ਛੋੜਦਾ ਉਹਨੂੰ, ਕੁਛ ਨਾ ਕਰਾਂ, ਜ਼ਿਆਦਾ ਪ੍ਰੈਸ਼ਰ ਪਾਵਾਂ, ਕੀ ਕਰਾਂ? ਇਟਸ ਸੋ ਫਨੀ ਕਿ ਪੇਰੈਂਟਿੰਗ ਜਿਹੜੀ ਹੈ ਕਿਤਨੀ ਮੁਸ਼ਕਿਲ ਜੋਬ ਹੈ। ਆਈ ਮੀਨ ਮੋਰਲ, ਐਥੀਕਲ, ਐਕਡੈਮਿਕ, ਸਾਰੇ ਤਰੀਕੇ, ਸੋਸ਼ਲੀ ਉਹ ਕੀ ਕਰਦਾ ਬੱਚਾ, ਸਭ ਕੁਛ ਪੇਰੈਂਟਸ ਨੂੰ ਸੋਚਣਾ ਪੈਂਦਾ। ਐਂਡ ਫਨੀ ਪਾਰਟ ਇਜ਼ ਕਿ ਅਸੀਂ ਕੋਈ ਵੀ ਸਟੇਜ 'ਚ ਬੱਚੇ ਹੋਣ, ਆਈ ਮੀਨ ਆਈ ਕੈਨ ਐਕਸਪੀਰੀਅੰਸ ਕਿ ਬਿਲਕੁਲ ਬੱਚੇ ਵੱਡੇ ਹੋ ਜਾਣ ਤਾਂ ਵੀ ਉਹ ਧਿਆਨ ਹੁੰਦਾ ਕਿ ਹਾਂਜੀ ਸਭ ਠੀਕ ਹੈ, ਤੁਸੀਂ ਕਿੰਨਾ ਕਰੋ, ਕਿੰਨਾ ਛੋੜ ਦਿਓ, ਕਿੰਨਾ ਜ਼ੋਰ ਪਾਓ, ਉਹ ਜਿਹੜਾ ਬੈਲੈਂਸ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਕਦੀ ਵੀ ਜਾਂਦਾ। ਅਸੀਂ ਜਦੋਂ ਆਈ ਡਾਊਟ ਕਿ ਮੇਰੇ ਪੇਰੈਂਟਸ ਜਿਹੜੇ ਬਜ਼ੁਰਗ ਹੋ ਗਏ ਹੋਣ, ਉਹਨਾਂ ਨੂੰ ਵੀ ਇਹ ਥੋਟ ਰਹਿੰਦੀ ਹੋਣੀ ਹੈ ਵੀ ਕੀ ਚੀਜ਼ ਕਹਿ ਦਈਏ, ਕੀ ਉਹ ਕਰ ਲੈਣ, ਕੀ ਨਹੀਂ। ਸੋ ਇਹ ਪੇਰੈਂਟਿੰਗ ਇਜ਼ ਅ ਔਡ ਜੋਬ। ਬਟ ਹੈਵਿੰਗ ਸੈਡ ਦੈਟ, ਸਾਰੇ ਮੋਸਟ ਆਫ ਅਸ ਸਾਰੇ ਪੇਰੈਂਟਸ ਹੈਗੇ ਹਾਂ। ਸੋ ਪਲੀਜ਼ ਇਸ ਯੰਗ ਮੋਮ ਨੂੰ ਜ਼ਰੂਰ ਦੱਸੀਏ, ਉਹਦਾ ਕੰਸਰਨ, ਉਹਦੀ ਇੰਟੈਂਸ਼ਨਸ ਬਹੁਤ ਨੇਕ ਨੇ। ਅਫਕੋਰਸ ਸਾਰੇ ਪੇਰੈਂਟਸ ਇਹ ਚਾਹੁੰਦੇ ਨੇ ਕਿ ਬੱਚੇ ਦਾ ਬੈਸਟ ਹੋਏ, ਬੱਚੇ ਨੂੰ ਮੋਟੀਵੇਟ ਕਰ ਸਕੀਏ, ਪੁਸ਼ ਕਰ ਸਕੀਏ, ਪਰ ਇਹ ਨਾ ਹੋਏ ਕਿ ਜ਼ਿਆਦਾ ਕਹਿ ਕਹਿ ਕੇ ਅਸੀਂ ਉਹਨੂੰ ਹੋਰ ਟੀਟ ਕਰ ਲਈਏ। ਸੋ ਜ਼ਰੂਰ ਇਹਨਾਂ ਨੂੰ ਦੱਸੋ ਕਿ ਹੋਮਵਰਕ ਦਾ ਦੇ ਬੇਟੇ ਦਾ ਇਸ਼ੂ ਹੈ। ਕਹਿੰਦੇ ਬਾਕੀ ਸਾਰਾ ਕੋਈ ਐਸੀ ਗੱਲ ਨਹੀਂ ਹੈ, ਪਰ ਜਿਵੇਂ ਜਿਵੇਂ ਵੱਡਾ ਹੁੰਦਾ ਮੈਨੂੰ ਲੱਗਦਾ ਕਿ ਮੈਂ ਉਹਨੂੰ 3 ਦੇ ਨਾਲੋਂ ਜ਼ਿਆਦਾ ਮੈਂ ਉਹਨੂੰ ਡਾਂਟ ਰਹੀ ਹੁੰਦੀ ਹਾਂ, ਅਤੇ ਉਹ ਹੋਰ ਢੀਠ ਹੋ ਜਾਏਗਾ ਅਤੇ ਫਿਰ ਆਪਸ ਵਿੱਚ ਸਾਡਾ ਰਿਲੇਸ਼ਨਸ਼ਿਪ ਖਰਾਬ ਹੋਏਗਾ। ਸੋ ਫਾਦਰ ਸਾਹਿਬ ਕਹਿੰਦੇ ਇਹ ਖੁਦ ਪੜ੍ਹੇ ਲਿਖੇ ਨੇ ਪਰ ਹਾਲੇ ਜੋਬ ਨਹੀਂ ਕਰ ਰਹੇ। ਫਾਦਰ ਸ਼ਾਮ ਤੱਕ ਆਉਂਦੇ ਨੇ, ਉਹਨਾਂ ਨੂੰ ਕਹਿੰਦੀ ਵੀ ਹਾਂ ਕਿ ਨਹੀਂ ਕਰਦਾ ਕੁਛ, ਤੁਸੀਂ ਬਿਠਾਓ ਵੀਕਐਂਡ 'ਤੇ ਵੀ, ਪਰ ਉਹਨਾਂ ਕੋਲ ਕੋਈ ਐਸਾ ਟਾਈਮ ਨਹੀਂ ਹੁੰਦਾ ਕਿ ਉਹ ਬਿਠਾਉਣ ਹੁੰਦਾ, ਅਤੇ ਚਲੋ ਸਾਰੀ ਫੈਮਿਲੀ ਬਾਹਰ ਨਿਕਲ ਜਾਂਦੇ ਹਾਂ,
यू नो फिरन तुरन पर इसका मैं बहुत फिक्र है कि आई एम श्योर के नाले भी कह रहे हैं कि श्योर के इन्ना वड्डा नहीं हो गया कि आदतें पक गई हैं मैं जरूर कोई ना कोई ऐसी टिप गलबात दे पेरेंट्स देंगे जिड़ी कि मैं फॉलो करा तो सब ठीक हो जाएगा सो किन्ना इन्हों कंसर्न होना चाहिए जो भी थोड़े मन में आ रहे हैं यू नो कई पेरेंट्स का यह भी आता होना कि नहीं सानू तो पता ही नहीं लगे कदों वड्डे हो गए कदों उन्होंने होमवर्क किया कदों नहीं पता ही नहीं हूँ बड़े वधिया चल रहे हैं जो भी थोड़ा एक्सपीरियंस है प्लीज़ शेयर क्योंकि वो सारा काउंट करता है आई नो हाइंडसाइट इज़ ऑलवेज स्मार्टर जिहड़े असी उस चो लंघ गए असी वो ज़्यादा चिल हो गए ज़्यादा रिलैक्स हो गए कि ठीक है यू नो करते असी भी माइंड यू नो काफ़ी बॉदर करते कंसर्न सी पर हूँ सारा लंघ गया तो सानू पता है कि इधर जाता या उधर जाता सब ठीक हो ही गया पर थोड़ी की सलाह इन्हों जरूर दसो बिकॉज बड़े सारे योजे पेरेंट्स आई एम श्योर टीचर्स अगर कोई सुन रहे ने अजकल छुट्टिया ने मे बी यू आर होम एंड कुछ भी है प्लीज़ जरूर दसो कि की थोड़ी एच एडवाइस होएगी की थोड़ी सलाह है लेट्स सी की सारे कह रहे ने इन्हों पुछ लैने हेलो हेलो कि हरमन भैन जी सत श्रीकाल सत श्रीकाल कौन बोल रहे हो जी मैं लज्जा मती बोल रही हूँ डैन तो पर है सर मैं कई दुनिया से आ गया अच्छा जी ठीक है आज विशा की लेंदा है भाई एक माँ पूछ रही है बेटे नु होमवर्क कराना मुश्किल होया हुआ है किस तरह कराण वो तिना बच्चों चो एक बच्चा है जरा होमवर्क ना करता है जे हूँ करता है तो सारे दूजे दोस्तों तो लैके कॉपी कर लैंदा उन्होंने बहुत फिक्र है उदा बच्चे नु प्यार दे नाल ना हाँ जी बिठा के हाँ जी तेरा साडा मेरा दो तरह नहीं सी करदा हुंदा मेरी कुड़ी ने उन्हें प्यार ना बह के आप पढ़ाया आप कीता हुण बड़ा सोहना चलदा अच्छा वधिया काम करदा किन्नी उम्र दे विच ਦੇ ਲੋ ਵੀ ਇਸ ਵੇਲੇ ਉਹ ਮਤਲਬ ਹੁਣ ਆਇਆ ਵੀ ਇਹ ਤਾਂ ਢਾਈਆਂ ਤਿੰਨਾਂ ਸਾਲਾਂ ਦਾ ਪਾ ਦਿੰਦੇ ਉੱਥੇ ਇੰਡੀਆ 'ਚ ਤਾਂ ਇੱਕ ਥੋੜ੍ਹਾ ਦੇਰ ਨਾ ਪਾਉਂਦੇ ਆ ਸ਼ੁਰੂ ਤੋਂ ਲੈ ਕੇ ਨਾਲ ਕਰਾਉਂਦੀ ਰਹੀ ਹਰ ਚੀਜ਼ ਕਰਾਉਂਦੀ ਰਹੀ ਸ਼ੁਰੂ ਤੋਂ ਹੀ ਉਹਨਾਂ ਨੇ ਇਹਨਾਂ ਨੂੰ ਇਹ ਬੱਚੇ ਦੇ ਉੱਤੇ ਮਿਹਨਤ ਕਰਾਉਣੀ ਪੈਣੀ ਆ ਬੱਚਾ ਚੱਲ ਪਊਗਾ ਠੀਕ ਹੈ ਠੀਕ ਹੈ ਸੋ ਤੁਹਾਨੂੰ ਲੱਗਦਾ ਕਿ ਕੰਸਰਨ ਦਾ ਗੱਲ ਹੈਗੀ ਹੈ ਕੰਸਰਨ ਕਰਨਾ ਚਾਹੀਦਾ ਹੈ ਫਿਕਰ ਕਰਨਾ ਚਾਹੀਦਾ ਇਸ ਚੀਜ਼ ਦਾ ਫਿਕਰ ਤਾਂ ਕਰਨਾ ਚਾਹੀਦਾ ਹੁਣ ਮਾਂ ਬਾਪ ਨੂੰ ਜੇ ਬੱਚਾ ਨਾ ਪੜ੍ਹੇ ਮਾਂ ਬਾਪ ਨੂੰ ਤਾਂ ਫਿਕਰ ਹੁੰਦਾ ਹੀ ਆ ਐਸੀ ਗੱਲ ਤਾਂ ਕਦੇ ਨਹੀਂ ਫਿਕਰ ਹੁੰਦਾ ਜੀ ਜੀ ਸਹੀ ਹਾਂ ਹਾਂ ਪਰ ਇਹ ਆ ਵੀ ਮਿਹਨਤ ਕਰਾਉਣੀ ਪੈਣੀ ਆ ਮਾਂ ਬਾਪ ਨੂੰ ਬਿਠਾਉਣਾ ਪੈਣਾ ਹਾਂਜੀ ਉਹ ਬਿਠਾ ਕੇ ਆਪ ਘੰਟਾ ਦੋ ਘੰਟੇ ਦਿਓ ਸਿਖਾਓ ਬੱਚੇ ਨੂੰ ਕਰਾਵੋ ਨਹੀਂ ਅੱਜ ਕਰਨਾ ਆਉਂਦਾ ਹੱਥ ਫੜ ਕੇ ਕਰਾਵੋ ਬੱਚਾ ਆਪਣੇ ਆਪ ਹੀ ਸਿੱਖ ਜਾਣਾ ਆਪਣੇ ਆਪ ਹੀ ਬੱਚਾ ਕਰ ਜਾਣਾ ਥੋੜ੍ਹਾ ਵੱਡਾ ਹੋ ਗਿਆ ਹੱਥ ਫੜ ਕੇ ਕਰਾਉਣ ਵਾਸਤੇ ਬਟ ਐਨੀਵੇਜ਼ ਵੱਡੇ ਹੁਣ ਇੱਥੇ ਬੱਚੇ ਆ ਨਾ ਵੱਡੇ ਹੁੰਦੇ ਤੇ 6 ਸਾਲ ਤੋਂ ਪਹਿਲਾਂ ਲਿੰਦੇ ਹੀ 5-6 ਸਾਲ ਤੋਂ ਪਹਿਲਾਂ ਹਾਂਜੀ ਬੜਾ ਸਿੰਪਲ ਜਿਹਾ ਕੁਐਸਚਨ ਹੈ ਬੇਸ਼ੱਕ ਅਸੀਂ ਬਹੁਤ ਆਦੀ ਹੋ ਗਏ ਹਾਂ ਬੜੀਆਂ ਸੀਰੀਅਸ ਸਿਚੁਏਸ਼ਨ ਡਿਸਕਸ ਕਰਨ ਦੇ ਬਹੁਤ ਬਹੁਤ ਜ਼ਰੂਰੀ ਹੈ ਕਿ ਜਿਹੜੀ ਸਿੰਪਲ ਚੀਜ਼ ਹੈ ਉਹ ਵੀ ਕਈ ਵਾਰੀ ਥੋਟ ਜਿਵੇਂ ਜਿਸ ਤਰ੍ਹਾਂ ਇਸ ਮਾਂ ਦੀ ਹੈ ਥੋਟ ਉੱਥੇ ਹੀ ਹੈ ਯੂ ਨੋ ਕੰਸਰਨ ਹੈ ਫਿਕਰ ਹੈ ਅਗਰ ਤਾਂ ਉਹ ਉੱਥੇ ਰਹੇਗਾ ਜਦ ਤੱਕ ਅਸੀਂ ਪਰਿਵਾਰ 'ਚ ਬੈਠ ਕੇ ਉਹਦੇ ਬਾਰੇ ਗੱਲ ਨਾ ਕਰੀਏ ਜੋ ਵੀ ਤੁਹਾਡਾ ਆਈਡੀਆ ਹੈ ਜੋ ਵੀ ਤੁਹਾਨੂੰ ਧਿਆਨ ਆ ਰਿਹਾ ਜ਼ਰੂਰ ਕਾਲ ਕਰਕੇ ਸ਼ੇਅਰ ਕਰੋ ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਵਾਪਸ ਹਾਜ਼ਰ ਹੋਣੀ ਹਾਂ ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਬੱਚਿਆਂ ਦੇ ਹੋਮਵਰਕ ਦੀ ਹੋਮਵਰਕ ਆਈ ਨੋ ਕਈ ਬੱਚੇ ਐਕਡੈਮਿਕਲੀ ਇੰਨੇ ਮੋਟੀਵੇਟਡ ਹੁੰਦੇ ਆ ਪਤਾ ਨਹੀਂ ਆਪਣੇ ਆਪ ਹੀ ਕਿ ਦੇ ਨੋ ਕਿ ਹੋਮਵਰਕ ਕਰਨਾ ਬੜੇ ਕੰਸੈਂਸ਼ੀਅਸ ਹੋਣਗੇ ਕੰਮ ਕਰਨ ਦੇ ਵਿੱਚ ਬਟ ਨੋਟ ਐਵਰੀ ਵਨ ਸੋ ਕੰਪੈਰੀਜ਼ਨ ਆਈ ਨੋ ਬੜਾ ਮੁਸ਼ਕਿਲ ਹੈ ਕਿ ਦੋ ਬੱਚੇ ਤਿੰਨ ਬੱਚੇ ਘਰ 'ਚ ਹੋਣ ਔਰ ਤੁਸੀਂ ਬਿਲਕੁਲ ਕੰਪੇਅਰ ਨਾ ਕਰੋ ਬਿਲਕੁਲ ਆਲਮੋਸਟ ਇੰਪੋਸੀਬਲ ਹੈ ਪਰ ਅਵੋਇਡ ਕਰਨਾ ਪਏਗਾ ਅਵੇਅਰਨੈਸ ਇਸ ਚੀਜ਼ ਦਾ ਅਹਿਸਾਸ ਹੋਏ ਕਿ ਹਰ ਬੱਚਾ ਅਲੱਗ ਹੈ ਐਂਡ ਜ਼ਿਆਦਾ ਤੋਂ ਜ਼ਿਆਦਾ ਬੱਚੇ ਕੋਈ ਆਪਣੇ ਆਪ ਨੂੰ ਸਿਖਾ ਲੈਂਦੇ ਨੇ ਕਿ ਹਾਂ ਹੋਮਵਰਕ ਕਰਕੇ ਫਿਰ ਕਰਾਂਗੇ ਜ਼ਿਆਦਾ ਬੱਚੇ ਖੇਡਣਾ ਪਸੰਦ ਕਰਨਗੇ ਯੂ ਨੋ ਫਟਾਫਟ ਹੋਮਵਰਕ ਖਤਮ ਕਰਕੇ ਜਾਣ ਭਾਵੇਂ ਤਾਂ ਹੋਮਵਰਕ ਛੋੜ ਕੇ ਜਾਣ ਸੋ ਕਿਸ ਤਰ੍ਹਾਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਤਾਂ ਕਿ ਕੰਮ ਵੀ ਪੂਰਾ ਹੋ ਜਾਵੇ ਔਰ ਜਿਸ ਤਰ੍ਹਾਂ ਹਰ ਵੇਲੇ ਜਿਸ ਤਰ੍ਹਾਂ ਮਾਂ ਡਰ ਰਹੀ ਹੈ ਕਿ ਮੈਂ ਬਾਰ ਬਾਰ ਉਹਨੂੰ ਹੀ ਡਾਂਟਦੀ ਹਾਂ ਤਿੰਨਾਂ 'ਚੋਂ ਉਹ ਵੀ ਨਾ ਹੋਏ ਸੋ ਲੈਟਸ ਸੀ ਕੀ ਕਹਿ ਰਹੇ ਨੇ ਸਾਰੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਦੱਸੋ ਕੀ ਕਹੋਗੇ
हाँ जी छोटा हाले कहते ग्रेड्स ठीक आते हैं लाइक पब्लिक स्कूल है इट्स नॉट हार्ड स्टडी फॉर हिम इज नॉट हार्ड ही स्मार्ट मतलब बाकी सारा कुछ ठीक है बाहर खड़ा लो वीडियो गेम्स खड़ा लो ते मैं कहांगी ये देना थोड़ा जा ना दोनों पेरेंट्स नु थोड़ा वन ऑन वन टाइम ऐसा ज्यादा चेकिंग थोड़ा मॉनिटरिंग थोड़ा यू नो करना पड़ेगा पर पहला बैठ के ये ना गल करन ते आई थिंक थोड़ा जे नु डिसिप्लिन विच आ जे ना ते आ टाइम असी होमवर्क ले सेट कीता हैगा सारा देखने दे असाइनमेंट सारा होमवर्क जी जे मतलब नहीं कुछ चेंज देख रहे पर ये तो बुरी आदत है ये कंसर्न होना चाहिए क्योंकि मिडिल स्कूल से आगे हाई स्कूल ये आदत ना बन गई नो राइट जे प्रॉब्लम आ रही है ते फिर यू नो पेरेंट्स नो टीचर नाल से ऐसे नाल बैठ के किते आफ्टर स्कूल मीट करना पड़ेगा ते पमाल दे टीचर दे राशि कह देने जा मीन जो ए देखना चाहते हैं चेंज में भी कोई ये कॉपी हो या असाइनमेंट टीचर कह रहे थे तो ये ना भाई उन्होंने अदा कॉन्सिक्वेंसेस एक्सप्लेन करने चाहिए राइट नहीं तो सिर्फ सही कह रहे हो जसप्रीत होमवर्क होमवर्क कल्ला होमवर्क ही नहीं है बेसिकली इट्स अर्ली ऑन एक डिसिप्लिन पैन दी गल है रोज इस तरह की मिलिया कम्पलीट होया वर्ल्ड सजेस्ट हो चुके हैं जिदे च होमवर्क नहीं होना चाहिए एंड ऑल दैट बट होमवर्क का मतलब सिर्फ एक रेपुटेशन कि हाँ जी लिख के दस बारी लियाओ जड़ा यू नो कसी ओल्डन टाइम्स दे विच हुंदा सी इंडिया दे विच इट प्रूव फाइन कि एक सैट ऑफ होमवर्क हैगा जिदे नाल एक बैठन का जड़ा हैगी है थोड़ी कपैसिटी बनती है एक डिसिप्लिन नू फॉलो करन दी एक नियम नू फॉलो करन दी गल बनती है जिहड़ी कि ऑफकोर्स लाइफ टाइम वास्ते बहुत जरूरी है सो लेट्स सी होर की कह रहे ने जरूर दसो हेलो हां जी हां जी अरविंद जी हां जी सुदर्शन जी की कहंदे हो सत श्री अकाल उस पीरियड तो मैं लंघ चुकी हां आई नो पर तुम्हारे ग्रैंडकिड्स हां जी कंसर्न ते उन्हां दा ठीक है कंसर्न होना भी चाहिए जी जी क्योंकि बच्चा अगर कंपेयर भी नहीं कर सकते हर वक्त तो गलत गल है हाँ। बच्चे बहुत दुखी होंदे ने कंपेयर करन नाल एक दूजे दे नाल राइट पर उस नु ए देखन कि ओदा होमवर्क उनु आप बैठ के थोड़ी जिनी करा कि होमवर्क कर ना फिर तू बाद खेलन जाए और दूसरा देखन कि ओदा इंटरेस्ट ज्यादा किस चीज वाला है उनु इग्नोर ना करन कि तू ए भी कम कर ले ते ए भी कम कर ले होमवर्क भी नाल नाल बहुत जरूरी है करना तेरा जी जी उनु रोज चेक करन क्योंकि चेक ना करो ना होमवर्क बच्चे दा आप कीता कि नहीं कीता ते ओ नु इग्नोर ना करन बिल्कुल बाकी दोनों बच्चे कर लेंदे ए नहीं करदा ते एदा चुपचाप देख लिया करन कि तू आज होमवर्क नहीं कीता प्यार नाल के बैठ जा हुन तू होमवर्क कर ले ते बाद तू खेलन जाए ठीक थोड़ा डिसिप्लिन रखन ओदे उत्ते ठीक है बहुत वधिया सुदर्शन जी थैंक यू सो मच और जिस तरह यू नो बड़ा वधिया सुदर्शन जी कह रहे ट्रस्ट करो अपनी इंस्टिंक्ट कंसर्न है सोचना कि कंसर्न होना चाहिए या नहीं होना चाहिए बिकॉज जो असं हमेशा कहने किसी भी गल पिछे स्पेशली मदर्स की इंस्टिंक्ट अगर कह रही है ना कि इशू है तो उन्हों है ही मनो रादर दैन कि पता नहीं किन्ना ज़्यादा कवान ना कवान और कहन या ना कहन का तरीका बदलिया जा सकता है पर कंसर्न अगर लगता कि है तो फिर तकरीबन उन्हों
ਓਨਰ ਕਰੋ, ਆਪਣੀ ਇੰਸਟਿੰਕਟਸ, ਆਪਣੀ ਗੱਟ ਫੀਲਿੰਗ ਨੂੰ ਓਨਰ ਕਰੋ। ਜੇ ਸਾਡੇ ਨਾਲ ਗੱਲ ਕਰਨ ਤੱਕ ਦੀ ਤੁਹਾਨੂੰ ਫੀਲਿੰਗ ਆਈ ਹੈ, ਦੈਟ ਮੀਨਸ ਦੇਰ ਇਜ਼ ਸਮਥਿੰਗ। ਤਿੰਨ ਬੱਚੇ ਹੈਗੇ ਆ, ਤੁਸੀਂ ਬਾਕੀ ਚੀਜ਼ਾਂ ਵੀ ਦੇਖ ਰਹੇ ਹੋ, ਪਰ ਇਹਦਾ ਕੰਪੈਰੀਜ਼ਨ ਨਾ ਕਰਨ ਦਾ ਮਤਲਬ ਹੈ ਕਿ ਹਾਂ ਉਹ ਕਰਦੀ ਹੈ ਤੂੰ ਕਿਉਂ ਨਹੀਂ ਕਰਦਾ ਕਹਿਣ ਨਾਲੋਂ। ਠੀਕ ਹੈ, ਆਪਣਾ ਤਰੀਕਾ। ਸੋ ਹੋਰ ਤਰੀਕੇ ਵਰਤਣੇ ਪੈਣੇ ਇਹਦੇ ਨਾਲ, ਜਿਵੇਂ ਕਹਿੰਦੇ ਨੇ ਕਿ ਮੋਟੀਵੇਸ਼ਨ, ਅੱਛਾ ਇਸ ਤੋਂ ਬਾਅਦ ਇਹ ਕਰ ਲਾਂਗੇ, ਫਿਰ ਫਟਾਫਟ ਫਿਨਿਸ਼ ਕਰ ਫਿਰ ਇਹ ਕਰ ਲਾਂਗੇ। ਇਸ ਤਰ੍ਹਾਂ ਦੇ ਹੋਰ ਵੀ ਐਗਜ਼ਾਮਪਲਸ ਜ਼ਰੂਰ ਗੱਲਬਾਤ ਦੇ ਪੇਰੈਂਟਸ ਜ਼ਰੂਰ ਦੇਣਗੇ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ, ਵੈਲਕਮ ਬੈਕ। ਗੱਲ ਹੋ ਰਹੀ ਹੈ ਹੋਮਵਰਕ ਦੀ। ਆਫਕੋਰਸ ਹੋਮਵਰਕ ਇਜ਼ ਇੰਪੋਰਟੈਂਟ ਫੋਰ ਅ ਚਾਈਲਡ, ਬੜਾ ਇੰਪੋਰਟੈਂਟ ਹੈ। ਪਰ ਅੱਜ ਇਸ ਮਾਂ ਨਾਲ ਗੱਲ ਕਰਦੇ ਕਰਦੇ ਵਾਕਈ ਇਹ ਧਿਆਨ ਆਇਆ ਕਿ ਹੋਮਵਰਕ ਇੱਕ ਡਿਸਿਪਲਿਨ ਦਾ ਪਾਰਟ ਵੀ ਹੈ, ਇੱਕ ਅਰਲੀ ਔਨ ਡਿਸਿਪਲਿਨ 'ਚ ਪਾਉਣ ਦਾ, ਐਜ਼ ਵੈਲ ਐਜ਼ ਕਿ ਕਾਫੀ ਹੱਦ ਤੱਕ ਸਕਸੈਸ 'ਤੇ ਡਿਪੈਂਡ ਕਰਦਾ। ਫਿਰ ਮੈਂ ਬੜੇ ਸਟੈਟਿਸਟਿਕਸ ਦੇਖੇ ਇਹਦੇ, ਮਤਲਬ ਰਿਸਰਚਸ, ਐਂਡ ਕਹਿੰਦੇ ਕਿ 60% ਬੱਚੇ ਜਿਹੜੇ ਹੋਮਵਰਕ ਸਕਿੱਪ ਕਰਦੇ ਨੇ ਉਹ ਏ ਤੋਂ ਬੀ, ਬੀ ਤੋਂ ਸੀ, ਲਾਈਕ ਗ੍ਰੇਡਸ ਥੱਲੇ ਜਾਂਦੇ ਆ ਉਹਨਾਂ ਦੇ ਐਜ਼ ਦੇ ਗਰੋ। ਸੋ ਮੈਂ ਡਰਾ ਨਹੀਂ ਰਹੀ ਸਪੈਸ਼ਲੀ ਇਸ ਫੈਮਲੀ ਨੂੰ, ਪਰ ਡੈਫੀਨੇਟਲੀ ਕਿ ਤੁਹਾਨੂੰ ਕੁਛ ਪਿਆਰ ਨਾਲ ਕਰਨਾ ਪਏਗਾ। ਆਫਕੋਰਸ ਉਹ ਵੀ ਨਹੀਂ ਕਰ ਸਕਦੇ ਕਿ ਤੁਹਾਡੀ ਐਂਗਜ਼ਾਇਟੀ ਸਾਰੀ ਬੱਚਾ ਯੂਨੋ ਐਬਜ਼ੋਰਬ ਕਰ ਰਿਹਾ ਹੋਏ ਕਿ ਹਾਏ ਉਹਨਾਂ ਨੂੰ ਜ਼ਿਆਦਾ ਫਿਕਰ ਪਿਆ ਹੋਇਆ ਮੇਰੇ ਹੋਮਵਰਕ ਦਾ। ਯੂਨੋ ਇੱਕ ਡਰਾਮਾ ਅਰਾਊਂਡ ਦੈਟ ਕਿ ਉਹ ਕਰਦਾ ਨਹੀਂ, ਉਹ ਕਰ ਤੂੰ ਬੈਠ ਜਾ, ਉਹ ਜ਼ਿਆਦਾ ਨਹੀਂ ਹੋਣਾ ਚਾਹੀਦਾ। ਬਿਕੋਜ਼ ਜਦੋਂ ਤੁਸੀਂ ਬਿਲਕੁਲ ਰਾਈਟ ਟਾਈਮ ਸਮਝਦੇ ਹੋ, ਰੈਪੀਟੇਸ਼ਨ ਨੂੰ ਅਵੋਇਡ ਕਰਕੇ ਉਹਨੂੰ ਬਿਠਾਓ, ਹੋਮਵਰਕ ਉਹ ਇੱਕੋ ਟਾਈਮ ਹੋਏ, ਉਹਦੀ ਕ੍ਰੀਏਟ ਕਰੋ ਸਪੇਸ ਅੱਛੀ ਹੋਏ, ਅਸਥੈਟਿਕਲੀ ਕਿਸ ਤਰ੍ਹਾਂ ਦਾ ਬੱਚਾ ਹੋ, ਯੂਨੋ ਕਿੱਥੇ ਬੈਠ ਕੇ ਪਸੰਦ ਕਰੇਗਾ, ਉਸ ਤਰ੍ਹਾਂ ਦੀ ਕੁਛ ਕ੍ਰੀਏਟ ਕਰੋ। ਸੋ ਹੋਰ ਇਹਦੇ ਬਾਰੇ ਗੱਲ ਕਰਦੇ ਹਾਂ, ਪਹਿਲੇ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਸਿੰਘ ਸੰਦਰ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ ਅੱਜ? ਇੰਟਰਸਟ ਬੱਚੇ ਦਾ ਥੋੜਾ ਖਤਮ ਹੋ ਚੁੱਕਿਆ, ਇਸ ਕਰਕੇ ਇਹਦੇ ਵਿੱਚ ਇੰਟਰਸਟ ਕ੍ਰੀਏਟ ਕਰਨਾ ਹੋਏਗਾ। ਮੈਂ ਇਹਨਾਂ ਪੇਰੈਂਟਸ ਨੂੰ 5 ਟਿਪਸ ਦਿੰਨਾ ਇੰਟਰਸਟ ਕ੍ਰੀਏਟ ਕਰਨ ਲਈ। ਹਾਂਜੀ, ਪਹਿਲਾਂ ਜਦੋਂ ਬੱਚਾ ਸਕੂਲ ਨੂੰ ਆਵੇ ਤਾਂ ਉਹਨੂੰ ਕੱਸ ਕੇ ਗਲੇ ਨਾਲ ਲਾਓ, ਤੇ ਫਿਰ ਉਹਨੂੰ ਪਾਣੀ ਢਾਣੀ ਪੁੱਛੋ, ਅੱਧਾ ਘੰਟਾ ਪੌਣਾ ਘੰਟਾ ਉਹਨੂੰ ਰੈਸਟ ਕਰਨ ਦਿਓ, ਪੂਰਾ ਆਰਾਮ ਕਰਨ ਦਿਓ, ਉਹਨੂੰ ਬਿਲਕੁਲ ਹੋਰ ਨਾ ਬੁਲਾਓ। ਉਹ ਤੋਂ ਬਾਅਦ ਜਦੋਂ ਥੋੜਾ ਜਿਹਾ ਰੈਸਟ ਕਰਨ ਤੋਂ ਬਾਅਦ ਆਪਣੀ ਨੀਂਦ ਜਾਂ ਆਪਣੇ ਲੈਬ ਤੋਂ ਉੱਠੇ, ਫਿਰ ਉਹਨੂੰ ਪੁੱਛੋ ਵੀ ਬੱਚੇ ਤੁਸੀਂ ਅੱਜ ਕਿਸੇ ਖੇਲ ਵਿੱਚ ਕਿਸੇ ਦੀ ਸਹਾਇਤਾ ਕੀਤੀ, ਜਾਂ ਪੜ੍ਹਨੇ ਵਿੱਚ ਕਿਸੇ ਦੀ ਸਹਾਇਤਾ ਕੀਤੀ, ਜਾਂ ਕਿਸੇ ਨੇ ਤੁਹਾਡੀ ਕੋਈ ਸਹਾਇਤਾ ਕੀਤੀ। ਯਾਨੀ ਅਸੀਂ ਬੱਚਿਆਂ ਨੂੰ ਪ੍ਰਸ਼ਨ ਹੀ ਗਲਤ ਕਰਦੇ ਹਾਂ, ਉਹਦੇ ਪੁੱਛਦੇ ਹਾਂ ਕਿ ਹੋਮਵਰਕ ਕੀ ਮਿਲਿਆ, ਚਲੋ ਕਰਾ ਦਈਏ ਹੋਮਵਰਕ। ਨਹੀਂ, ਇਹਦਾ ਇਹ ਤਾਂ ਕਹਿਣਾ ਹੀ ਨਹੀਂ ਬੱਚੇ ਨੂੰ। ਫਿਰ ਦੂਜੀ ਟਿਪ ਇਹ ਦੱਸਦੀ ਹੈ ਕਿ ਇਹ ਤੋਂ ਬਾਅਦ ਤੀਜੀ ਟਿਪ ਇਹ ਹੈ ਇਹਨਾਂ ਪੇਰੈਂਟਸ ਲਈ ਕਿ ਫਿਰ ਬੱਚੇ ਨੂੰ ਇਹ ਪ੍ਰਸ਼ਨ ਪੁੱਛਿਆ ਜਾਵੇ ਕਿ ਤੁਸੀਂ ਅੱਜ ਕਿਸੇ ਨਾਲ ਟਿਫਿਨ ਸ਼ੇਅਰ ਕੀਤਾ, ਜਾਂ ਕਿਸੇ ਨੇ ਕੀ ਤੁਹਾਡੇ ਨਾਲ ਟਿਫਿਨ ਸ਼ੇਅਰ ਕੀਤਾ, ਕੀ ਤੁਸੀਂ ਉਹਦਾ ਥੈਂਕ ਯੂ ਕੀਤਾ। ਫਿਰ ਚੌਥਾ ਹੈ ਕਿ ਉਹਨੂੰ ਇੱਦਾਂ ਦਾ ਪ੍ਰਸ਼ਨ ਪੁੱਛਿਆ ਜਾਵੇ ਕਿ ਅੱਜ ਕਿਸੇ ਬੱਚੇ ਤੋਂ ਜਾਂ ਟੀਚਰ ਤੋਂ ਕੋਈ ਚੰਗੀ ਗੱਲ ਸਿੱਖਣ ਨੂੰ ਬੱਚੇ ਮਿਲੀ ਕਿ ਨਹੀਂ ਮਿਲੀ, ਜਾਂ ਤੁਸੀਂ ਕਿਸੇ ਨੂੰ ਕੋਈ ਚੰਗੀ ਗੱਲ ਸਮਝਾਈ। ਲਾਸਟ ਟਿਪ ਇਹ ਹੈ ਕਿ ਉਹਨੂੰ ਹਮੇਸ਼ਾ ਏਦਾਂ ਪੁੱਛਣਾ ਵੀ ਕੀ ਤੁਸੀਂ ਪਹਿਲਾਂ ਤੋਂ ਕੁਛ ਬਿਹਤਰ ਹੋ ਰਿਹਾ ਕਿ ਨਹੀਂ ਬੱਚੇ ਹੋ ਰਿਹਾ। ਪ੍ਰੈਸ਼ਰ ਨਹੀਂ ਪਾਉਣਾ ਜੇ ਜਾਂ ਅਸੀਂ ਤੁਸੀਂ ਬਿਹਤਰ ਜਾਂ ਅਸੀਂ ਰਲ ਮਿਲ ਕੇ ਬਿਹਤਰ ਕਰ ਲਾਂਗੇ, ਅਸੀਂ ਬੱਚੇ ਤੇਰੇ ਡੈਡੀ ਵੀ ਮੈਂ ਵੀ ਤੇਰੇ ਨਾਲ ਹੈ, ਤੈਨੂੰ ਬਾਹਰੋਂ ਕਿਸੇ ਤੋਂ ਪੁੱਛਣ ਪੁੱਛਣ ਦੀ ਲੋੜ ਨਹੀਂ, ਅਸੀਂ ਤੁਹਾਡਾ ਤੁਹਾਨੂੰ ਸਭ ਕੁਛ ਦੱਸ ਸਕਦੇ ਹਾਂ, ਆਪਾਂ ਰਲ ਮਿਲ ਕੇ ਹੋਮਵਰਕ ਕਰ ਲਿਆ ਕਰਾਂਗੇ। ਏਦਾਂ ਦੇ ਮਤਲਬ ਕੁਐਸਚਨ ਹੀ ਗਲਤ ਕਰਦੇ ਹਾਂ ਬੱਚਿਆਂ ਨੂੰ, ਉਹ ਬੱਚਿਆਂ ਦੇ ਪ੍ਰੈਸ਼ਰ ਆਉਂਦੇ ਨੂੰ ਹੋਮਵਰਕ ਕੀ ਮਿਲਿਆ, ਚੱਲ ਹੋਮਵਰਕ ਕਰੀਏ, ਏਦਾਂ ਦਾ ਤਾਂ ਕਹਿਣਾ ਹੀ ਕੁਛ ਨਹੀਂ ਉਹਨੂੰ। ਗੱਲਾਂ ਗੱਲਾਂ ਚ ਪਤਾ ਨਹੀਂ ਲੱਗਣ ਦੇਣਾ ਤੇ ਹੋਮਵਰਕ ਕਰਾ ਵੀ ਦੇਣਾ। ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਦੀਪ ਜੀ, ਦੈਟਸ ਅ ਐਕਸਲੈਂਟ ਆਈਡੀਆ ਐਕਚੁਅਲੀ। ਕਿ ਅਸੀਂ ਅਗਰ ਹੋਮਵਰਕ ਹੋਇਆ ਉਹਦੇ ਵਾਸਤੇ ਜਾਂ ਹੋਮਵਰਕ ਵਿੱਚ ਡਿਸਇੰਟਰਸਟਿਡ ਹੈ, ਗੁਰਦੀਪ ਜੀ ਨੇ ਕਿਹਾ ਕਿ ਉਹ ਡਿਸਇੰਟਰਸਟਿਡ ਹੋ ਗਿਆ ਨਹੀਂ, ਉਹ ਮਾਂ ਕਹਿ ਰਹੀ ਹੈ ਸ਼ੁਰੂ ਤੋਂ ਹੀ ਉਹ ਥੋੜ੍ਹਾ ਅਵੋਇਡ ਹੀ ਕਰਦਾ, ਨਹੀਂ ਮੈਂ ਨਹੀਂ ਕਰਨਾ, ਮਤਲਬ ਉਹ ਇੰਪੋਰਟੈਂਸ ਨਹੀਂ ਸਮਝਦਾ ਉਹਦੀ ਕਿ ਹੈਗੀ ਹੈ, ਉਹਨੂੰ ਲੱਗਦਾ ਮੈਂ ਉੱਥੇ ਪੜ੍ਹ ਤੇ ਜਾਂਦਾ ਮੇਰੇ ਨੰਬਰ 'ਤੇ ਆ ਜਾਂਦੇ ਹੈ। ਸੋ ਇਹ ਬੈਠ ਕੇ ਟਾਈਮ ਕੰਜ਼ਿਊਮਿੰਗ, ਮੇਰਾ ਵੇਸਟ, ਲਾਈਕ ਉਹਦੀ ਉਹਦੇ 'ਚ ਉਹ ਨਹੀਂ ਹੈਗੀ, ਇੰਟਰਸਟ ਨਹੀਂ ਹੈਗਾ ਉਹਦੇ 'ਚ। ਸੋ ਇਹ ਬੜਾ ਹੀ ਸੋਹਣਾ ਟਿਪ ਹੈਗਾ, ਬਹੁਤ ਸੋਹਣੀ ਰਾਏ ਹੈ ਕਿ ਆ ਕੇ ਤੁਸੀਂ ਹੋਮਵਰਕ ਨੂੰ ਹੋਮਵਰਕ ਨਾ ਕਹੋ, ਆਈ ਥਿੰਕ ਦੈਟ ਸ਼ੁੱਡ ਵਰਕ। ਇਹ ਤੁਸੀਂ ਉਹਨੂੰ ਦਿਨ ਦੇ ਵਿੱਚ ਹੋਇਆ ਕੀ ਹੈ,
कोई चंगियां गल्लां कोई माड़ियां गल्लां टॉक अबाउट योर डे अपने दिन दियां भी शेयर कर सकते हो और इस तरह गल्लां करदे करदे तुसीं उहनूं खवांदे पिलांदे रेस्ट भी हो गया ख्वाब पिला भी लिया फिर चलो जी किताब लैके काम भी हो गया उहनूं एक हैप्पी मूड दे विच रहन दो क्योंकि डेफिनेटली यह तो प्रूवन है कि हैप्पी चाइल्ड विल डू बैटर अगर वो खिंचदा है या खुद नू सोचन लग जाता है कल कि मैं दोनों बाकी भैन भरा तो ज़्यादा स्मार्ट नहीं हाँ स्मार्ट भी हाँ तो मैं तरीका मेरा सही नहीं है पढ़न का तो फिर वो प्रोडक्टिव नहीं होएगा वो काउंटर प्रोडक्टिव होएगा वो पुट्ठा पै जाएगी गल सो हैप्पी चाइल्ड इज़ डेफिनेटली मोर प्रोडक्टिव वो जी यू नो जिस तरह करेगा पढ़ेगा वो ज़्यादा फायदा होएगा वह सो उन्हों प्यार दे नाल आराम दे नाल ये सारिया चीज़ा बैठ के कराइया और फिर एक जिस तरह अगे कुछ के अच्छा ए फिनिश करेगा ना फिर ए करेगा जो भी उदा कोई फेवरेट हैगा है, खेडन जाना है बारला या कोई गेम खेडनी है या कुछ खान की चीज़ है जड़ी पसंद है या घूमना पसंद है तो ओके इस घंटे तो बाद इन्ना फिट फटाफट फिनिश कर फिर ए करांगे या ऑफर कई बच्चे यू नो गेम्स खेडना पसंद करते ने मैं तेरे नाल खेडांगी सो दैट माइट रियली हेल्प के यू नो जो बच्चे नू लगता है कि सिर्फ होमवर्क करन वाले मेरे नाल ओ करन नू तैयार ने जो मैनू चंगा लगता है दैट हेल्प्स अ लॉट कि ओ तुसी उन्हों को कि अच्छा तू तेनू यह पसंद है मैं भी तेरे नाल ए करना भी मैनू भी सिखा सो दैट रियली हेल्प्स क्योंकि वो बच्चे नू बड़ा ऑनर मिलता है खुशी मिलती है उस दे विच सो ज़रूर इस चीज़ बारे गल करो कॉल करो एंड ए जरूरी है कि पेरेंट्स का इस टाइम के उत्ते कंसर्न होना मैं शाबाशी देनी है इस माँ को भी कि एटलीस्ट उस कंसर्न नू इन्होंने इन्ना समझिया कि नहीं कुछ देखना है क्योंकि यह भी है कि जड़ा बच्चा डिसिप्लिन च नहीं रहा क्योंकि एक बार होमवर्क नहीं करेगा थोड़ा जहा ग्रेड थले गया तो वो आदत पई नहीं होमवर्क करने की फिर वो ज़्यादा थले जा सकता है सो जिहड़ी चीज़ मोटिवेट करती है उन्हों वो अगर एक बार अच्छा करेगा क्लास के विच अपनी ही मोटिवेशन है साइकल है तुसी आप मोटिवेट होंदे हो कि मैं किया सी ते मेरा यू नो एप्रीशिएट होया क्लास के विच टीचर ने मैनू पूछा मैनू पता सी सो वो साइकल दे नाल वो अपने आप उहदा दिल करदा है कि वो करे एंड दैट इज़ अ लाइफ पैटर्न टू इस एक्चुअली बचपन च होमवर्क करना 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 या ना करना इंपॉर्टेंट क्यों है ताकि वो अगों जाके वो जदों भी उन्हों कुछ मिलता है वो बैठ के कर सकता है जिहड़ी भी चीज़ करता है वो अपनी पूरे दिल नाल करता है वो जड़े कह लो स्किल्स हैं लाइफ स्किल्स हैं वो दे अल्टीमेटली काम आने वाले हैं कि जो जिहड़ी भी चीज़ करता है वो पूरा यू नो करके चढ़ता है सो बड़े सारे मोटिवेटिंग तरीके हो सकते हैं जिवें असी बड़ी एक इंग्लिश की कहावत है जिदों मैं ट्रांसलेट के कहाँ गए दवाई खवानी होंदी है ना तो कुछ उपरों चीनी दे देईदा है वही हाल है कि उपरों की चीनी की अगर कोई भी चीज़ जिहड़ी प्रेशर दे वो अगर उन्हों दिखांदे हो कहिंदे ने कि मोटिवेशन साढ़े यू नो की हुंदी है दो तरह की मोटिवेशन इंसान नूं अगे वधांदी है एक सीकिंग प्रेशर कि मैं एक्सपीरियंस करवा प्रेशर करा कि ओके वोकेशन जिवें सामने आ रही है ओके मैं फटाफट फिनिश करा फिर मैं ये चीज़ यू नो मस्ती मारनी है या फिर पेन कि भई ऐ अगर नहीं करांगा तो की होएगा सैकेंड असी नई बच्चों वास्ते वो नई मोटिवेशन असी इनकरेज कर दे पर पहला तरीका कि कोई प्लेजर की चीज़ कोई उन्हें मनपसंद की चीज़ अगर अगे रखी जाए तो वो बहुत वधिया जिवें कहते ना कैरेट दिखा के अगे अगे दौड़ाना वो वाले हाल है कि तुसी फिर वो एक इनसेंटिव्स एक मोटिवेशन उस तरह भी दे सकते हो ओके बहुत जरूरी है कि तुसी सारे कॉल करो क्योंकि कल गल करन च मज़ा नहीं आता सो सारयां दे एक्सपीरियंसेस डेफिनेटली है ध्यान भी सारयां नूं होएगा कि की किया जा सकता है इस स्टेज दे विच बट जिस तरह मैं पहले किया कि बहुत अच्छी गल है कि इस चीज़ वल ध्यान जरूर जाए क्योंकि बाद में जो टाइम निकल जाता फिर असं सोचते हाँ कि इंज कर लेंगे सो टाइम इज नाउ लेट मी टेक अ शॉर्ट ब्रेक वेलकम बैक गल हो रही है होमवर्क की लेट्स सी होर की कह रहे हैं इन्हों पुछते हैं हेलो
हां जी सत श्री अकाल जी। सत श्री अकाल जी, थैंक यू सो मच फॉर कॉलिंग। नो प्रॉब्लम। नहीं नहीं, मैं अज कर सी, मैं क्या अज लास्ट डे मेरा, मैं कल स्कूल चल जाना, मैं अज कर रहा। रियली आज तो बिल्कुल सही, क्योंकि आई वाज लुकिंग फॉरवर्ड कि कोई टीचर्स पर्सपेक्टिव ही मिले। ठीक चल रहा जा उन्हों कोई प्रॉब्लम है हाले तक कहंदे ने ठीक ओ दे रहा है ग्रेड्स ठीक आ रहे हैं। अच्छा है। पर टीचर्स ना होमवर्क मिलन दे कंप्लेन कर चुके हैं। अच्छा है। ते अपना भी इन्हां नु पता है कि वो बैठदा ही नहीं, वो होमवर्क करदा ही नहीं। अच्छा सो मां दा कंसर्न है कि बाकी दोनों बच्चे अच्छा कर रहे ने ते होमवर्क पिछले साल बिलकुल बंद करता सी। हां जी, हां जी। क्योंकि काफी होमवर्क दे लई भी काफी चल रहा, कोई कहना चंगा है कोई कहना नहीं है। right. पर मैं तो आप उन्होंने पेरेंट्स विच हां कि जिवें तुसी कहने हो कि डिसिप्लिन दे हिसाब नाल बच्चे नू जरूर थोड़ी देर बैठना चाहिदा। तो मैं तो जिन्ने भी पेरेंट्स एलीमेंट्री स्कूल वाले उन्होंने भी कहंदी सी कि जे बच्चा यू नो पहली च हैगा उन्हू बेशक 5 to 10 minutes तक ही बिठाओ, पर उन्हू आदत बने। ਭਾਵੇਂ ਤੁਸੀਂ ਉਹਨੂੰ ਰੀਡਿੰਗ ਦਿਓ ਚਾ ਕੋਈ ਮੈਪ ਦਿਓ ਕੋਈ ਫਨ ਗੇਮ ਦਿਓ, ਕੋਈ ਫਰਕ ਨਹੀਂ ਪੈਂਦਾ। ਸੈਵਨਥ ਗ੍ਰੇਡ ਤੱਕ ਜੇ ਉਹ ਬੱਚਾ ਹਲੇ ਬੈਠਣਾ ਨਹੀਂ ਚਾਹੁੰਦਾ ਤਾਂ ਦੈਟਸ ਅ ਬਿਗ ਪ੍ਰੋਬਲਮ ਹੈ ਉਹ, ਕਿਉਂਕਿ ਹੁਣ ਕਾਫੀ ਟਾਈਮ ਲੰਘ ਚੁੱਕਾ ਨਾ। ਸੋ ਮਤਲਬ ਮੈਂ ਮੇਰਾ ਜਿਹੜਾ ਹੈਗਾ ਇਹਨਾਂ ਨੂੰ ਪੇਰੈਂਟਸ ਨੂੰ ਇਹੀ ਆ ਕਿ ਡੈਫੀਨੇਟਲੀ ਉਸ ਬੱਚੇ ਦੇ ਨਾਲ ਬੈਠ ਕੇ ਟੀਚਰ, ਮਤਲਬ ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਕਹਿੰਦੀ ਹਾਂ, ਪੇਰੈਂਟਸ ਨੂੰ ਕਹਿੰਦੀ ਹਾਂ ਆਪਣੇ ਬੱਚੇ ਨੂੰ ਨਾਲ ਲੈ ਕੇ ਆਓ। ਸੋ ਅਗਰ ਟੀਚਰ ਨੇ ਨਹੀਂ ਕਿਹਾ ਤਾਂ ਇਹ ਬੱਚੇ ਨੂੰ ਪਹਿਲਾਂ ਪਿਆਰ ਨਾਲ ਘਰ ਬੈਠਾ ਕੇ ਅਸੀਂ ਤੈਨੂੰ ਕੰਪਲੇਨ ਕਰਨ ਲਈ ਜਾਂ ਬਲੇਮ ਕਰਨ ਲਈ ਲੈ ਕੇ ਜਾਣਾ, ਪਰ ਅਸੀਂ ਇਹ ਦੇਖਣਾ ਕਿ ਤੇਰੀ ਕਿੱਥੇ ਕੀ ਮੁਸ਼ਕਲ ਹੈਗੀ ਹੈ, ਕਿਉਂ ਹੋਮਵਰਕ ਜਿਹੜਾ ਤੂੰ ਨਹੀਂ ਕਰ ਰਿਹਾ, ਅਸੀਂ ਤੇਰੇ ਟੀਚਰ ਨਾਲ ਗੱਲ ਕਰਦੇ ਹਾਂ ਕਿ ਤੇਰੀ ਅਸੀਂ ਕਿਵੇਂ ਹੈਲਪ ਕਰੀਏ। ਸੋ ਟੀਚਰ ਦੇ ਨਾਲ ਜਾ ਕੇ ਗੱਲ ਕਰ ਸਕਦੇ ਆ ਕੀ ਚੀਜ਼ ਮਿਸਿੰਗ ਆ, ਕਿਹੜੀ ਚੀਜ਼ ਨਹੀਂ ਲਿਆਉਂਦਾ। ਔਰ ਇਸ ਤਰ੍ਹਾਂ ਅਸੀਂ ਲੀਅਰ ਜਾਂਦੇ ਬਣਾ ਲੈਂਦੇ ਹਾਂ ਕਿ ਕੋਈ ਜਿੱਦਾਂ ਤੁਸੀਂ ਨੋਟਬੁੱਕ ਲਾ ਲਓ, ਉਹ ਟੀਚਰ ਜਿਹੜੀ ਹੈਗੀ ਆ ਉਹ ਮਤਲਬ ਪੇਰੈਂਟ ਸਾਈਨ ਕਰ ਸਕਦਾ ਕਿ ਇਹ ਹੋਮਵਰਕ ਸੀ ਔਰ ਇਹ ਕਰ ਲਿਆ ਜਾਂ ਨਹੀਂ, ਥੋੜਾ ਜਿਹਾ ਉਹਨੂੰ ਪਤਾ ਲੱਗੇਗਾ ਕਿ ਕਿਉਂ ਨਹੀਂ ਕਰ ਰਿਹਾ ਇਸ ਵੇਲੇ, ਤੇ ਉਹਨੂੰ ਇਹ ਕਰਨਾ ਪਏਗਾ। ਸੋ ਤੁਸੀਂ ਤੁਹਾਡੀ ਰਾਏ ਇਹ ਜ਼ਰੂਰ ਹੈ ਕਿ ਟੀਚਰ ਤੇ ਪੇਰੈਂਟ ਆਪਸ ਜ਼ਰੂਰ ਮਿਲ ਜਾਣ ਤੇ ਇਕੱਠੇ ਕੰਮ ਕਰਨ ਇਸ ਬੱਚੇ ਤੇ? ਐਬਸੋਲੂਟਲੀ। ਜਦੋਂ ਮਤਲਬ ਕਿ ਬਹੁਤ ਵਾਰੀ ਏਦਾਂ ਦੇਖਿਆ ਕਿ ਜੇ ਬੱਚਾ ਨਹੀਂ ਕਰਦਾ, ਪਰ ਜਦੋਂ ਪੇਰੈਂਟਸ ਜਿਹੜੇ ਆ ਉਹ ਵੈਰੀ ਕਲੋਜ਼ ਕਮਿਊਨੀਕੇਸ਼ਨ, ਜਿੱਦਾਂ ਈਮੇਲ ਸਿਸਟਮ ਅੱਜ ਕੱਲ੍ਹ ਤਾਂ ਹੈ, ਅਸੀਂ ਤਾਂ ਜਿਹੜੇ ਬਹੁਤ ਐਕਟਿਵ ਪੇਰੈਂਟਸ ਹੈਗੇ ਉਹ ਕਹੂਗੇ ਤੁਸੀਂ ਸਾਨੂੰ ਈਮੇਲ ਕਰੋ, ਜਿਸ ਦਿਨ ਵੀ ਹੋਮਵਰਕ ਨਹੀਂ ਮਿਲਿਆ ਤੁਹਾਨੂੰ ਈਮੇਲ ਕਰੋ, ਔਰ ਤੁਹਾਨੂੰ ਉਹ ਮਤਲਬ ਦੂਸਰੇ ਉਸੇ ਦਿਨ ਹੀ ਪਤਾ ਚੱਲ ਜਾਂਦਾ ਕਿ ਬੱਚੇ ਨੇ ਅੱਜ ਦਾ ਹੋਮਵਰਕ ਨਹੀਂ ਦਿੱਤਾ। ਠੀਕ ਹੈ। ਸੋ ਉਸੇ ਵੇਲੇ ਤੁਸੀਂ ਬੱਚੇ ਨੂੰ ਕਹਿ ਸਕਦੇ। ਪਰ ਦੂਸਰੀ ਚੀਜ਼ ਹੈਗੀ ਕਿ ਹੁਣ ਬੱਚਾ ਥੋੜਾ ਵੱਡਾ ਹੋ ਗਿਆ, ਉਹਨੂੰ ਮਤਲਬ ਕਿ ਬੈਠ ਕੇ ਬਹੁਤ ਸੀਰੀਅਸਲੀ ਉਹਨੂੰ ਸਮਝਾਉਣਾ ਪੈਣਾ, ਨਾਟ ਕੰਪੇਅਰਿੰਗ ਵਿਦ ਅਦਰ ਬ੍ਰਦਰਸ ਐਂਡ ਸਿਸਟਰ, ਉਹਨਾਂ ਦੇ ਨਾਲ ਬਿਲਕੁਲ ਕੋਈ, ਕਿਉਂਕਿ ਹਰ ਬੱਚਾ ਯੂਨੀਕ ਹੈਗਾ, ਉਹਦੀ ਆਪਣੀ ਨੀਡਸ ਹੈਗੀ। ਇਹ ਨਹੀਂ ਕਿ ਉਹ ਕਰਦੇ ਸੀ ਤੂੰ ਨਹੀਂ ਕਰਦਾ, ਇਹ ਬਿਲਕੁਲ ਨਾ ਲਿਆਉਣਾ, ਇਹ ਤਾਂ ਬਹੁਤ ਚੀਜ਼ ਇਹਨਾਂ ਨੂੰ ਇਸ ਚੀਜ਼ ਦਾ ਇਤਿਹਾਸ ਰੱਖਣਾ ਪੈਣਾ, ਤੇ ਉਹਦੇ ਨਾਲ ਆਪ ਬੈਠ ਕੇ ਗੱਲ ਕਰਨਗੇ। ਜਿੰਨੇ ਮਤਲਬ ਕੋਈ ਭਾਵੇਂ ਕੋਈ ਸਿੰਪਲ ਐਗਜ਼ਾਮਪਲ ਲੈ ਕੇ ਕਿ ਬੇਟੇ ਦੇਖ, ਜਿੰਨੀ ਤੁਸੀਂ ਚਾਹ 'ਚ ਖੰਡ ਪਾਉਂਦੇ ਆ ਉਨਾ ਮਿੱਠਾ ਵੀ ਤੁਸੀਂ ਉਹ ਸਵਾਦ ਲੈਂਦੇ ਆ, ਉਸ ਹਿਸਾਬ ਨਾਲ ਤੈਨੂੰ ਆਪਣੀ ਪੜ੍ਹਾਈ ਦੇ ਵਿੱਚ ਚੰਗੇ ਨੰਬਰ ਲੈਣ ਲਈ ਤੈਨੂੰ ਥੋੜੀ ਮਿਹਨਤ ਕਰਨੀ ਪੈਣੀ ਆ। ਮਤਲਬ ਐਕਸਟਰਨਲ ਮੋਟੀਵੇਸ਼ਨ ਨਾਲ ਇਹਨਾਂ ਨੂੰ ਥੋੜ੍ਹਾ ਜਿਹਾ ਤਾਂ ਸ਼ਾਇਦ ਪਹਿਲਾਂ ਕਰਨਾ ਪਵੇਗਾ, ਜੇ ਤੁਸੀਂ ਕਹਿੰਦੇ ਆ ਥੋੜ੍ਹਾ ਇਨਾਮ ਦੇਣਾ ਜਾਂ ਕਿਵੇਂ। ਪਰ ਸਭ ਤੋਂ ਵੱਡੀ ਚੀਜ਼ ਹੈਗੀ ਆ ਕਿ ਜਿਹੜੇ ਘਰ ਦੇ ਵਿੱਚ ਚੀਜ਼ਾਂ ਹੈਗੀਆਂ, ਟੀਵੀ ਆ, ਸੈੱਲ ਫੋਨ ਹੈ, ਵੀਡੀਓ ਗੇਮਸ ਹੈ, ਉਹਨਾਂ ਦੇ ਉੱਤੇ ਇਹਨਾਂ ਨੂੰ ਮਤਲਬ ਉਹ ਇੱਕ ਪ੍ਰਿਵਿਲੇਜ ਬਣਾ ਕੇ ਦੇਣ। ਜੀ ਜੀ। ਅਗਰ ਉਹ ਨਹੀਂ ਚੇਂਜ ਕਰਦਾ ਆਪਣੀ ਆਦਤ ਨੂੰ, ਰਾਈਟ, ਕਿ ਤੇਰਾ ਹੋਮਵਰਕ ਹੋਏਗਾ, ਟੀਚਰ ਵੱਲੋਂ ਵਧੀਆ ਨੋਟ ਆ ਜਾਏਗਾ, ਤਾਂ ਇੰਨਾ ਟਾਈਮ ਤੈਨੂੰ ਮਿਲੇਗਾ। ਠੀਕ ਹੈ। ਇਸ ਤਰ੍ਹਾਂ ਹੋ ਸਕਦਾ ਇਹਨਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਪਹਿਲਾਂ ਕਰਨਾ ਪਵੇ, ਪਰ ਉਹ ਵੀ ਇਹ ਇਹਨਾਂ ਨੂੰ ਬਾਰ ਬਾਰ ਦੱਸਣਾ ਪੈਣਾ ਕਿ ਇਸ ਨਾਲ ਪਨਿਸ਼ਮੈਂਟ ਕਿਸੇ ਕੰਸੀਕੁਐਂਸ। ਠੀਕ ਹੈ। ਬਿਕੋਜ਼ ਮਤਲਬ ਤਾਂ ਕਿ ਬੱਚੇ ਨੂੰ ਇਹ ਪਤਾ ਲੱਗੇ ਕਿ ਮੈਨੂੰ ਐਂਦੇ ਹੈ, ਇਹਨਾਂ ਨੂੰ ਬਾਰ ਬਾਰ ਉਹਨੂੰ ਕਹਿਣਾ ਪੈਣਾ ਅਸੀਂ ਤੈਨੂੰ ਇਸ ਕਰਕੇ ਕਰਦੇ ਹਾਂ ਕਿ ਅਸੀਂ ਤੈਨੂੰ ਪਿਆਰ ਕਰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਤੂੰ ਠੀਕ ਤਰੀਕੇ ਨਾਲ ਆਪਣੀ ਐਜੂਕੇਸ਼ਨ ਲੈ ਕੇ ਆਪਣੀ ਜਿਹੜੀ ਲਾਈਫ ਹੈਗੀ ਉਹਨੂੰ ਸਕਸੈਸਫੁਲੀ ਬਿਤਾ ਸਕੇ। ਜੀ ਜੀ। ਸੋ ਤੁਹਾਡਾ ਜਿਸ ਤਰ੍ਹਾਂ ਮੈਂ ਪਹਿਲੇ ਕਹਿ ਰਹੀ ਸੀ ਕਿ ਦੋ ਤਰੀਕੇ ਮੋਟੀਵੇਟ ਕਰਨ ਦੇ, ਇੱਕ ਡਾਂਟਣਾ ਜਾਂ ਯੂ ਨੋ ਕਿਸੇ ਪਨਿਸ਼ ਕਰਨਾ, ਸੋ ਇਹ ਬੜਾ ਕਲੀਅਰਲੀ ਉਹਨੂੰ ਕਰਨਾ ਕਿ ਪਨਿਸ਼ ਨਹੀਂ ਕਰ ਰਹੇ।
ਐਬਸੋਲੂਟਲੀ ਨਾਟ ਨਹੀਂ ਕਿਉਂਕਿ ਮੈਂ ਅਮਦਲਾ ਇਹ ਤਾਂ ਇਹ ਤਾਂ ਬਹੁਤ ਜਿੱਦਾਂ ਕਿਉਂਕਿ ਜਿਹੜੀ ਪਨਿਸ਼ਮੈਂਟ ਦਾ ਉਹ ਤਾਂ ਬਹੁਤ ਰਿਸਰਚ ਹੈਗੀ ਆ ਕਿ ਲੇਟਰ ਔਨ ਇਟ ਅਫੈਕਟਸ ਦਮ ਵੈਰੀ ਨੈਗੇਟਿਵਲੀ ਕਿਉਂਕਿ ਬੱਚਾ ਜਿਹੜਾ ਆਪਣਾ ਸੈਲਫ ਵਰਥ ਗਵਾ ਲੈਂਦਾ ਬਾਰ ਬਾਰ ਉਹਨੂੰ ਤੁਸੀਂ ਉਹ ਗੱਲ ਸੁਣੀ ਜਾਣਾ ਬਾਰ ਬਾਰ ਉਹ ਗੱਲ ਕਹੀ ਜਾਣਾ ਇਸ ਤਰ੍ਹਾਂ ਕੁਛ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬੱਚੇ ਨੂੰ ਕਿਉਂਕਿ ਦੇਖੋ ਹੁਣ ਜੇ ਮਤਲਬ ਕਿ ਬੱਚਾ ਕੰਮ ਨਹੀਂ ਕਰ ਰਿਹਾ ਤਾਂ ਐਜ਼ ਏ ਪੇਰੈਂਟ ਇਹ ਮੇਰੀ ਮਿਸਟੇਕ ਹੈ ਕਿ ਮੈਂ ਉਹਨੂੰ ਮੈਕਡੋਨਲਡ ਲੈ ਕੇ ਤੁਰੀ ਫਿਰਾਂ ਮੈਂ ਉਹਨੂੰ ਵੀਡੀਓ ਗੇਮਸ ਲੈ ਕੇ ਦਿੰਦੀ ਫਿਰਾਂ ਨਵੇਂ ਨਵੇਂ ਟੋਇਜ਼ ਲੈ ਕੇ ਦਿੰਦੀ ਫਿਰਾਂ ਆਈ ਐਮ ਨਾਟ ਡੂਇੰਗ ਮਾਈ ਜੋਬ ਸੋ ਮਤਲਬ ਮੈਨੂੰ ਪ੍ਰਿਵਿਲੇਜਸ ਰੋਕ ਲੋ ਯਾ ਪ੍ਰਿਵਿਲੇਜਸ ਨੂੰ you know use it as incentives kyunki thodi der layi nu idda karna paina onu eh understand karan layi ke har ek cheez jehdi aa oda balance zaruri aa ji haan ji te us cheez de layi inanu thoda jya ehtiyat nal pehla eh vartna payega haan example le sakde aa dekho tere brother ne jidda aa kam kar liya so hun oh aa kam kar sakda ਜੀ ਸੋ ਤੁਸੀਂ ਵੀ ਆਪਣਾ ਜੇ ਆਪਣੀ ਜ਼ਿੰਮੇਵਾਰੀਆਂ ਆਪਣੀ ਪੂਰੀ ਤਰ੍ਹਾਂ ਨਿਭਾਓਗੇ ਤਾਂ ਤੁਹਾਨੂੰ ਵੀ ਜੋ ਤੁਸੀਂ ਚਾਹੁੰਦੇ ਹੋ ਉਹ ਅਸੀਂ ਦੇਣ ਸਾਨੂੰ ਕੋਈ ਗਰੇਜ਼ ਨਹੀਂ ਹੈ ਠੀਕ ਹੈ ਠੀਕ ਹੈ ਹਾਂਜੀ ਸੋ ਤੁਹਾਨੂੰ ਇੱਕ ਹੋਰ ਕੀ ਲੱਗਦਾ ਹੈ ਕਿ ਜਿਵੇਂ ਕਾਫੀ ਕਨਸਰਨ ਮੈਨੂੰ ਲੱਗਿਆ ਇਹਨਾਂ ਦਾ ਮਦਰ ਦਾ ਤੇ ਥੋੜਾ ਜਿਹਾ ਗੱਲ ਕਰਦੇ ਕਰਦੇ ਇਹ ਵੀ ਲੱਗਿਆ ਕਿ ਪਤਾ ਨਹੀਂ ਮੈਨੂੰ ਹੋਣਾ ਚਾਹੀਦਾ ਹੈ ਕਿ ਨਹੀਂ ਕਨਸਰਨ ਸੋ ਤੁਹਾਨੂੰ ਕੀ ਲੱਗਦਾ ਆਪਣੀ ਐਂਗਜ਼ਾਇਟੀ ਜਿਹੜੀ ਹੈ ਉਹ ਕਿਸ ਰੂਪ ਦੇ ਵਿੱਚ ਬੱਚੇ ਦੇ ਸਾਹਮਣੇ ਆਣੀ ਚਾਹੀਦੀ ਹੈ ਬਿਕੋਜ਼ ਬਹੁਤ ਚੰਗਾ ਹੋਇਆ ਇਹ ਪੁਆਇੰਟ ਲਿਆਂਦਾ ਕਿਉਂਕਿ ਮਤਲਬ ਕਾਫੀ ਪੇਰੈਂਟਸ ਨਾਲ ਸਾਨੂੰ ਅਸੀਂ ਡੀਲ ਕਰਦੇ ਆ ਜਿੱਥੇ ਉਹ ਜਿੱਦਾਂ ਬੱਚੇ ਨੂੰ ਪੁਸ਼ ਜ਼ਿਆਦਾ ਕਰਦੇ ਆ ਔਰ ਆਪਣੀ ਐਂਗਸ਼ੀਅਸਨੈਸ ਜਿਹੜੀ ਹੈਗੀ ਹੈ ਨਾ ਉਹ ਬੱਚਿਆਂ ਦੇ ਉੱਪਰ ਉਹਨਾਂ ਦਾ ਰੱਬ ਹੋ ਜਾਂਦੀ ਆ ਮੇਰਾ ਖਿਆਲ ਜਿੱਦਾਂ ਕਿ ਇਹ ਮਤਲਬ ਸਭ ਤੋਂ ਪਹਿਲਾਂ ਜਦੋਂ ਵੀ ਇਹਨਾਂ ਨੇ ਬੱਚੇ ਨਾਲ ਗੱਲ ਕਰਨੀ ਆ ਇਹਨਾਂ ਨੂੰ ਆਪ ਥੋੜਾ ਜਿਹਾ ਟਾਈਮ ਲੈ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ਾਂਤ ਕਰਕੇ ਫਿਰ ਉਹਨਾਂ ਨਾਲ ਗੱਲ ਕਰਨ ਕਿਉਂਕਿ ਜਦੋਂ ਅਸੀਂ ਆਪ ਫਰਸਟ੍ਰੇਟ ਹੁੰਦੇ ਆ ਸਾਡੀ ਜਿਹੜੀ ਮਤਲਬ ਕਿ ਟੋਨ ਹੈਗੀ ਆ ਸਾਡੇ ਜਿਹੜੇ ਸ਼ਬਦ ਹੈਗੇ ਆ ਉਹ ਬੜੇ ਹਰਟਫੁਲ ਹੁੰਦੇ ਆ ਔਰ ਉਹ ਤਾਂ ਤੁਸੀਂ ਦੇਖ ਲਓ ਉਹ ਤਾਂ ਫਿਰ ਐਨਰਜੀ ਦੀ ਮੂਵਮੈਂਟ ਆ ਜਦੋਂ ਅਸੀਂ ਨੈਗੇਟਿਵ ਐਨਰਜੀ ਬੱਚੇ ਵੱਲ ਪੁਸ਼ ਕਰਾਂਗੇ ਤਾਂ ਉਹਨੇ ਕਿੱਥੇ ਬੈਠਣਾ ਉਹ ਤਾਂ ਵਿਚਾਰਾ ਪਹਿਲਾਂ ਹੀ ਪਰੇਸ਼ਾਨ ਹੋ ਜਾਂਦਾ ਅਸੀਂ ਸਾਡੇ ਮੰਗ ਰਹੀ ਹੈਗਾ ਅਰਵਿੰਦ ਜੀ ਕੋਈ ਚੰਗੀ ਤਰ੍ਹਾਂ ਨਹੀਂ ਬੋਲਦਾ ਨਾ ਤੁਸੀਂ ਫਿਰ ਮਤਲਬ ਤੁਸੀਂ ਕੁਛ ਕਰ ਹੀ ਨਹੀਂ ਸਕਦੇ ਸੋ ਇਹ ਬਹੁਤ ਜ਼ਰੂਰੀ ਆ ਕਿ ਇਹ ਪਹਿਲਾਂ ਆਪਣੇ ਆਪ ਸ਼ਾਂਤ ਰੱਖਣ ਔਰ ਇਹ ਯਾਦ ਰੱਖਣ ਕਿ ਇਹ ਮਤਲਬ ਕਿ ਸਿਰਫ ਇੱਕ ਜਿੱਦਾਂ ਬੱਚਾ ਹੀ ਨਹੀਂ ਹੈਗਾ ਇਹ ਕੋਈ ਆਤਮਾ ਹੈਗੀ ਆ ਤਾਂ ਕੋਈ ਆਪਣਾ ਮਿਸ਼ਨ ਹੈਗਾ ਸਾਡੀ ਸਾਡਾ ਮੰਤਵ ਐਜ਼ ਏ ਪੇਰੈਂਟ ਇਹ ਹੈਗਾ ਕਿ ਇਹਨੂੰ ਕਿਵੇਂ ਸਪੋਰਟ ਕਰੀਏ ਤਾਂ ਕਿ ਇਹ ਆਪਣੇ ਐਜੂਕੇਸ਼ਨਲ ਲਾਈਫ ਦੇ ਵਿੱਚ ਵੀ ਸਕਸੈਸਫੁਲ ਹੋ ਸਕੇ ਤੇ ਬਾਕੀ ਸਾਰੇ ਜਿਹੜੇ ਯੂ ਨੋ ਹੈਗੀਆਂ ਚੀਜ਼ਾਂ ਉਹਨਾਂ 'ਚ ਵੀ ਸਕਸੈਸਫੁਲ ਹੋ ਸਕੇ ਸਾਡਾ ਗੋਲ ਇਹ ਆ ਔਰ ਸਾਡਾ ਉਹਦੇ ਨਾਲ ਨਾਲ ਗੋਲ ਇਹ ਵੀ ਹੈਗਾ ਕਿ ਅਸੀਂ ਹਮੇਸ਼ਾ ਉਸ ਚੀਜ਼ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਇਹਦੇ ਮਨ ਵਿੱਚ ਲਿਆਈਏ ਤਾਂ ਕਿ ਇਹ ਮਤਲਬ ਕਿਸੇ ਰਬੈਲ ਹੋ ਕੇ ਕਿਸੇ ਹੋਰ ਪਾਸੇ ਨੂੰ ਨਾ ਜਾਵੇ ਕਿਉਂਕਿ ਨੈਗੇਟਿਵ ਐਨਰਜੀ ਵਿਲ ਮੇਕ ਹਿਮ ਰਬੈਲ ਮੋਰ ਜੀ 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 ਬਹੁਤ ਵਧੀਆ ਥੈਂਕ ਯੂ ਸੋ ਮਚ ਆਈ ਰੀਅਲੀ ਐਪਰੀਸ਼ੀਏਟ ਯੂਰ ਕਾਲ ਐਂਡ ਆਈ ਐਮ ਗ੍ਰੇਟਫੁਲ ਕਿ ਅੱਜ ਤੁਹਾਡੀ ਕਾਲ ਯੂ ਨੋ ਮਿਲ ਸਕੀ ਔਰ ਤੁਸੀਂ ਆ ਸਕੇ ਨਹੀਂ ਨਹੀਂ ਮੇਰਾ ਮਾਈ ਪਲੇਜ਼ਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਰਹੀ ਸੀ ਕਿ ਕੋਈ ਨਾ ਕੋਈ ਟੀਚਰ ਪਰਸਪੈਕਟਿਵ ਔਰ ਕਿਉਂਕਿ ਬੱਚਿਆਂ ਦੇ ਨਾਲ ਬਹੁਤ ਵਿਚਰਨਾ ਇੱਕ ਉਹ ਵੀ ਐਕਸਪੀਰੀਅੰਸ ਹੈਗਾ ਹੈ ਜਿਹੜਾ ਕਿ ਅਸੀਂ ਹੁਣੇ ਸ਼ੇਅਰ ਕੀਤਾ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਡੂ ਨਾਟ ਗੋ ਐਨੀਵੇਅਰ ਸਾਰਿਆਂ ਦਾ ਫਿਰ ਸਵਾਗਤ ਹੈ ਔਰ ਬਹੁਤ ਖੂਬਸੂਰਤੀ ਨਾਲ ਸਤਵੰਤ ਜੀ ਨੇ ਕਾਫੀ ਸ਼ੇਅਰ ਕੀਤਾ ਔਰ ਸਤਵੰਤ ਜੀ ਪਲੀਜ਼ ਕਾਲ ਅਗੇਨ ਕਿਉਂਕਿ ਇੱਕ ਐਸਪੈਕਟ ਜਿਹੜਾ ਉਹਨਾਂ ਦੇ ਕੁਐਸਚਨ ਦਾ ਉਹ ਰਹਿ ਗਿਆ ਵਿਚ ਇਸ ਕਿ ਚੀਟ ਕਰਦਾ ਲਾਈਕ ਕਾਪੀ ਕਰ ਲੈਂਦਾ ਫਟਾਫਟ ਹੁਣ ਜਿਵੇਂ ਥੋੜ੍ਹੇ ਦਿਨ ਰਿਹਾ ਸਾਰਿਆਂ ਤੋਂ ਫੋਨ ਹੋਮਵਰਕ ਮੰਗ ਰਿਹਾ ਲੈਬ ਲੂਬ ਜੋ ਵੀ ਪਹਿਲੇ ਕੀਤੀ ਸੀਗੀ ਜਾਂ ਜੋ ਵੀ ਹੋਮਵਰਕ ਮਿਲਿਆ ਹੋਣਾ ਹੁਣ ਕਿਉਂਕਿ ਨੈਕਸਟ ਈਅਰ ਦਾ ਸ਼ੁਰੂਆਤ ਹੈ ਕੁਛ ਉਹਨਾਂ ਨੇ ਪ੍ਰੋਜੈਕਟਸ ਦਿੱਤੇ ਹੋਣੇ ਉਹ ਯੂ ਨੋ ਕਾਪੀ ਕਰਕੇ ਪਹਿਲੇ ਵੀ ਸਿਕਸਥ ਗ੍ਰੇਡ ਵਿੱਚ ਇਹੀ ਕਰਦਾ ਰਿਹਾ ਕਾਪੀ ਕਰਕੇ ਸਬਮਿਟ ਕਰਾਤਾ ਸੋ ਇਹ ਅਫਕੋਰਸ ਥੋੜ੍ਹਾ ਬਹੁਤਾ ਬੱਚੇ ਜਿਹੜਾ ਅੱਛਾ ਹੋਮਵਰਕ ਕਰਦੇ ਹਨ ਟੂ ਬੀ ਕਿ ਕੋਈ ਰਹਿ ਗਿਆ ਅਤੇ ਅੱਛਾ ਚਲੋ ਯੂ ਨੋ ਕੰਸੈਂਸ਼ੀਅਸ ਵਰਕਰਸ ਹੈਗੇ ਹੈ ਕਿ ਹਾਂ ਕਿਤੇ ਕੁਛ ਰਹਿ ਕੇ ਰਹਿ ਨਾ ਜਾਏ ਮੈਂ ਪੂਰਾ ਦਾ ਪੂਰਾ ਜ਼ਰੂਰ ਦਾਂ ਸੋ ਥੋੜ੍ਹਾ ਸਮਾਲ ਅਮਾਊਂਟ ਇੱਧਰ ਉੱਧਰ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਕਿਸੇ ਫਰੈਂਡ ਤੋਂ ਲੈ ਲੈਂਦਾ ਹੈ ਜਾਂ ਵਰਕ ਟੂਗੈਦਰ ਯੂ ਨੋ ਵਿਚ ਇਜ਼ ਵੈਰੀ ਐਪਰੀਸ਼ੀਏਬਲ ਕਿ ਸਾਰੇ ਇਕੱਠੇ ਕੰਮ ਕੀਤਾ ਅਤੇ ਉਹ ਸਿਮਿਲਰ ਕੰਮ ਹੋ ਗਿਆ ਬਟ ਹਮੇਸ਼ਾ ਕੰਮ ਖਤਮ ਕਰਨ ਵਾਸਤੇ ਪਹਿਲੇ ਕਰਨਾ ਨਾ ਔਰ ਫਿਰ ਦੂਸਰਿਆਂ ਦਾ ਕਾਪੀ ਕਰ ਲੈਣਾ ਡੈਫੀਨੇਟਲੀ ਕੰਸਰਨ ਹੈ ਸੋ ਅਗਰ ਕਾਪੀ ਕਰਨ ਦੇ ਵਾਸਤੇ ਕੁਛ ਯੂ ਨੋ ਤੁਹਾਡੀ ਰਾਏ ਹੈ ਜ਼ਰੂਰ ਕਾਲ ਬੈਕ ਕਰੋ ਬਾਕੀ ਜੋ ਹੁਣ ਤੱਕ ਕਿਹਾ ਹੈ ਡੈਫੀਨੇਟਲੀ ਕਿ ਮੋਰੈਲਿਟੀ ਖਾਲੀ ਨਹੀਂ ਕਾਪੀ ਦਾ ਵੀ ਮੈਂ ਕਹਾਂਗੀ ਕਿ ਮੋਰੈਲਿਟੀ ਦਾ ਇਸ਼ੂ ਤਾਂ ਹੈ ਹੀ ਹੈ
ਪਰ ਇਹ ਵੀ ਜਿਹੜੀ ਰਿਸਰਚ ਜਿਹੜੀ ਹੈ ਔਨਲਾਈਨ ਜਿਹੜੇ ਬੱਚੇ ਕਾਫੀ ਕਾਪੀ ਕਰਨ ਲੱਗ ਗਏ ਆ ਉਸ ਤੋਂ ਵੀ ਪਤਾ ਲੱਗੀ ਹੈ। ਸੋ ਕਾਫੀ ਵੱਡੀਆਂ ਯੂਨੀਵਰਸਿਟੀਜ਼ ਨੇ ਇਹਦੇ ਤੇ ਰਿਸਰਚ ਕੀਤੀ ਔਰ ਕਹਿ ਕੇ ਇਹ ਡੈਫੀਨੇਟਲੀ ਇੱਕ ਅੱਛੀ ਗੱਲ ਨਹੀਂ ਹੈ ਕਿਉਂਕਿ ਐਜ਼ ਕਿਡਸ ਗਰੋ ਉਹ ਫਿਰ ਜਿਹੜੀ ਕੁਆਲਿਟੀ ਆਫ ਉਹਨਾਂ ਦੀ ਐਜੂਕੇਸ਼ਨ ਹੈ ਅਗਰ ਡਿਗਰੀਆਂ ਲੈ ਵੀ ਲੈਣਗੇ ਇੱਧਰ ਉੱਧਰ ਕੁਆਲਿਟੀ ਆਫ ਐਜੂਕੇਸ਼ਨ ਉਹ ਨਹੀਂ ਵਧੀਆ। ਸੋ ਇਹ ਬਿਲਕੁਲ ਡਿਸਕਰੇਜ ਕਰਨ ਵਾਲੀ ਗੱਲ ਹੈ ਕਿ ਕਾਪੀ ਨਾ ਕਰਨ। ਐਂਡ ਦੂਜਾ ਜਿਹੜਾ ਪੇਰੈਂਟਸ ਦੇ ਵਾਸਤੇ ਆਇਆ ਹੈ ਕਿ ਕੰਪੈਸ਼ਨ ਔਨ ਲਵ, ਜਿਸ ਤਰ੍ਹਾਂ ਸਤਵੰਤ ਜੀ ਨੇ ਕਿਹਾ ਨਾ ਕਿ ਉਹਨੂੰ ਆਈ ਅੰਡਰਸਟੈਂਡ ਕਿ ਗੁੱਸਾ ਆਉਂਦਾ ਦੋ ਬੱਚੇ ਪੜ੍ਹੀ ਜਾ ਰਹੇ ਹਨ, ਤੁਹਾਡੇ 'ਤੇ ਇੱਕ ਭਾਰ ਹੈ ਕਿ ਯੂ ਨੋ ਇਹ ਬੱਚਾ ਪੜ੍ਹਦਾ ਨਹੀਂ, ਪੜ੍ਹਾਉਣਾ ਵੀ ਮੈਨੂੰ ਪਏਗਾ, ਕੰਮ ਵੀ ਮੈਨੂੰ ਕਰਨਾ ਪਏਗਾ, ਪਰ ਉਹ ਆਪਣੇ ਆਪ ਨੂੰ ਕੰਮ ਕਰਕੇ ਤਾਂ ਉਹਦੇ 'ਤੇ ਹਰ ਬੱਚਾ ਫਰਕ ਹੈ। ਮੇ ਬੀ ਇਹਦੀ ਡਿਫਰੈਂਟ ਸਪੋਰਟ ਚਾਹੀਦੀ ਹੈ ਤੁਹਾਨੂੰ। ਔਰ ਯੂ ਨੋ ਮੈਨੂੰ ਲੱਗਦਾ ਹਮੇਸ਼ਾ ਕਿ ਜਿਹਨੂੰ ਜ਼ਿਆਦਾ ਸਪੋਰਟ ਚਾਹੀਦੀ ਹੈ ਉਹਦੇ ਰਾਹੀਂ ਅਸੀਂ ਬੜਾ ਕੁਝ ਸਿੱਖਦੇ ਵੀ ਹਾਂ। ਜਿਹੜਾ ਬੱਚਾ ਆਪਣਾ ਆਪ ਕਰੀ ਜਾ ਰਿਹਾ ਇਹਨੂੰ ਕਰਾਉਂਦੇ ਕਰਾਉਂਦੇ ਇਹਦੇ ਵਾਸਤੇ ਜਿਵੇਂ ਸਿੱਖ ਰਹੇ ਹੋ ਤੁਸੀਂ ਸਾਰਿਆਂ ਨਾਲ ਗੱਲ ਬੈਠ ਕੇ ਕੀਤੀ ਹੈ ਅਤੇ ਸੋ ਮੱਚ ਯੂ ਵਿਲ ਲਰਨ। ਸੋ ਬਹੁਤ ਹੀ ਕੰਪੈਸ਼ਨ ਨਾਲ ਪਿਆਰ ਦੇ ਨਾਲ ਇਹਦੀ ਸਪੋਰਟ ਚਾਹੀਦੀ ਹੈ। ਸੋ ਲੈਟ ਮੀ ਟੇਕ ਅ ਕਾਲ, ਕੀ ਕਹਿ ਰਹੇ ਨੇ? ਹੈਲੋ, ਕਾਲ ਥਰੂ ਨਹੀਂ ਹੋਈ, ਪਲੀਜ਼ ਦੁਬਾਰਾ ਕਾਲ ਕਰੋ। ਸੋ ਓਈ ਕਿ ਚੀਟਿੰਗ ਐਸਪੈਕਟ ਡੈਫੀਨੇਟਲੀ ਕੰਸਰਨ ਹੈ, ਪਰ ਇਸ ਪਰਟੀਕੁਲਰ ਕੇਸ ਦੇ ਵਿੱਚ ਅਗਰ ਉਹ ਹੋਮਵਰਕ ਕਰਨ ਲੱਗ ਜਾਏਗਾ, ਸਮਾਰਟ ਹੈ, ਯੂ ਨੋ ਬ੍ਰੇਨੀ ਹੈ, ਅਗਰ ਕਰਨ ਲੱਗ ਜਾਏਗਾ, ਪਹਿਲਾ ਇਸ਼ੂ ਅਗਰ ਕਲੀਅਰ ਹੋ ਗਿਆ ਤਾਂ ਫਿਰ ਕਾਪੀ ਕਰਨ ਦੀ ਲੋੜ ਹੀ ਨਹੀਂ ਪਏਗੀ। ਸੋ ਯੂ ਨੋ ਉਹ ਜ਼ਰੂਰੀ ਹੈ, ਪਰ ਅਦਰਵਾਈਜ਼ ਅਗਰ ਕਾਪੀ ਬੱਚਾ ਬਹੁਤ ਕਰ ਰਿਹਾ ਡੈਫੀਨੇਟਲੀ ਕੰਸਰਨ ਦੀ ਗੱਲ ਹੈ, ਕਿਉਂਕਿ ਉਹ ਮੋਰੈਲਿਟੀ ਇਸ਼ੂ ਵੀ ਹੈ। ਉਹਨੂੰ ਸਮਝਾਉਣਾ ਪਏਗਾ ਕਿ ਇਹ ਜਿਹੜਾ ਕੰਮ ਤੇਰਾ ਆਪਣਾ ਨਹੀਂ ਹੈ ਉਹਨੂੰ ਤੂੰ ਆਪਣਾ ਕਹਿ ਕੇ ਨਹੀਂ ਦਿਖਾ ਸਕਦਾ, ਉਹ ਗਲਤ ਹੈ। ਸੋ ਬਹੁਤ ਹੀ ਪੇਰੈਂਟ ਨੂੰ, ਖਾਸ ਕਰ ਮਾਂ ਨੂੰ ਜਿਹਨੇ ਸਾਨੂੰ ਸਵਾਲ ਕੀਤਾ, ਬਹੁਤ ਪਿਆਰ ਨਾਲ ਸਹਿਜ ਨਾਲ ਆਪਣੇ ਆਪ ਨੂੰ ਕੰਪੋਜ਼ ਕਰਕੇ, ਕਿਉਂਕਿ ਮੈਂ ਦੇਖਿਆ ਕਿ ਕੋਈ ਵੀ ਇਸ਼ੂ ਤੁਸੀਂ ਬੱਚਿਆਂ ਦਾ ਹੁੰਦਾ ਅਸੀਂ ਆਪਣੇ ਆਪ ਨੂੰ ਕਿ ਪਤਾ ਨਹੀਂ ਮੈਂ ਇਹਨੂੰ ਕੀ ਨਹੀਂ ਕਰ ਰਹੀ, ਕੀ ਠੀਕ ਨਹੀਂ ਕਰ ਰਹੀ, ਇਮੋਸ਼ਨਲ ਹੋ ਕੇ ਜਦੋਂ ਅਸੀਂ ਉਹਨਾਂ ਨੂੰ ਇੱਕ ਡਿਸਪਰੇਸ਼ਨ ਦਿਖਾਉਂਦੇ ਹਾਂ ਬੱਚਿਆਂ ਨੂੰ, ਫਿਰ ਉਹਨਾਂ 'ਤੇ ਪ੍ਰੈਸ਼ਰ ਵੀ ਜ਼ਿਆਦਾ ਐਂਡ ਉਹ ਰਿਬੈਲਿਅਸ ਵੀ ਹੋ ਸਕਦੇ ਨੇ। ਫਿਰ ਹੋ ਸਕਦਾ ਕਿ ਉਹ ਪ੍ਰੋਡਕਟਿਵ ਨਾ ਹੋਏ ਸਾਡਾ ਤਰੀਕਾ ਜੋ ਵੀ ਅਸੀਂ ਅਪਣਾਇਆ। ਸੋ ਬਹੁਤ ਵਧੀਆ ਲੱਗਿਆ, ਆਈ ਨੋ ਥੋੜ੍ਹੀਆਂ ਜੀਆਂ, ਜ਼ਰੂਰ ਸਾਰੇ ਦੇ ਸਾਰੇ ਕਾਲਸ ਕਰਿਆ ਕਰੋ, ਕਈ ਵਾਰੀ ਟੋਪਿਕ ਥੋੜ੍ਹਾ ਹਟ ਕੇ ਹੁੰਦਾ, ਪਰ ਆਈ ਐਮ ਸ਼ੋਰ ਸਭ ਕੋਲ ਕੋਈ ਨਾ ਕੋਈ ਜ਼ਰੂਰ ਰਾਏ ਹੈਗੀ ਹੈ। ਸੋ ਲੈਟ ਮੀ ਟੇਕ ਦਿਸ ਕਾਲ। ਹੈਲੋ, ਹਾਂਜੀ ਅਰਵਿੰਦ ਜੀ। ਹਾਂਜੀ, ਕਾਪਿੰਗ ਦੇ ਬਾਰੇ ਕੀ ਕਹਿੰਦੇ ਹੋ? ਹਾਂਜੀ, ਉਹੀ ਮਤਲਬ ਦੇਖੋ, ਇਹ ਜਿਹੜਾ ਚੀਟਿੰਗ ਹੈਗੀ ਆ ਇਹ ਇੱਕ ਕੋਪਿੰਗ ਮੈਕੇਨਿਜ਼ਮ ਹੈਗਾ, ਇਸੇ ਕਰਕੇ ਮੈਂ ਤੁਹਾਨੂੰ ਕਿਹਾ ਜਦੋਂ ਤੁਸੀਂ ਮੈਨੂੰ ਕਿਹਾ ਕਿ 7th ਗ੍ਰੇਡ 'ਚ ਹੈਗਾ ਕਿ ਵੀ ਆਰ ਲਿਟਲ ਬਿਟ ਲੇਟ, ਰਾਈਟ, ਬਿਕੋਜ਼ ਜਿੰਨੀ ਜਲਦੀ ਇਹ ਚੀਜ਼ ਜਿਹੜੀ ਆ ਮਤਲਬ ਉਹਨੂੰ ਪਕੜ ਲਿਆ ਜਾਵੇ ਉਹਨੂੰ ਜਲਦੀ ਬੱਚੇ ਨੂੰ ਸਮਝਾਇਆ ਜਾ ਸਕਦਾ ਜਾਂ ਥੋੜ੍ਹਾ ਜਿਹਾ, ਪਰ ਹੁਣ ਵੀ ਕੋਈ ਗੱਲ ਨਹੀਂ, ਹੁਣ ਮਤਲਬ ਇਹਨਾਂ ਦੇ ਨੋਟਿਸ 'ਚ ਆ ਗਿਆ ਇਹ। ਤੇ ਜਿੱਦਾਂ ਸਭ ਤੋਂ ਪਹਿਲਾਂ ਤਾਂ ਉਹਨੂੰ ਬੱਚੇ ਦੇ ਨਾਲ ਜਿੱਦਾਂ ਬੈਠ ਕੇ ਮਤਲਬ ਕਿ ਉਹਦੇ ਨਾਲ ਗੱਲ ਕਰਨ ਕਿ ਇਸ ਤਰ੍ਹਾਂ ਬਹੁਤ, ਜਿਵੇਂ ਆਪਾਂ ਤੁਸੀਂ ਹੁਣੇ ਦੱਸਿਆ ਕਿ ਬਹੁਤ ਪ੍ਰੇਮ ਨਾਲ ਕਿ ਬੇਟੇ ਇਹ ਗਲਤ ਆਦਤ ਹੈਗੀ ਆ ਪਰ ਆਪਾਂ ਹੁਣ ਇਸ ਆਦਤ ਨੂੰ ਹਟਾਉਣਾ ਹੈਗਾ। ਤੇ ਉਹਦਾ ਦੂਜਾ ਰੀਜ਼ਨ ਹੈਗਾ, ਦੇਖੋ ਚੀਟਿੰਗ ਦਾ ਇਹਦਾ ਮਤਲਬ ਹੈਗਾ ਕਿ ਉਹ ਬੱਚੇ ਤੋਂ ਮਤਲਬ ਉਹ ਹੀ ਵਾਂਟਸ ਟੂ ਡੂ ਵੈਲ ਬਟ ਹੀ ਡਸਨਟ ਹੈਵ ਦਾ ਸਕਿੱਲ। ਸੋ ਉਹਦੇ ਲਈ ਜਿੱਦਾਂ ਜੇ ਇਹਨਾਂ ਨੂੰ ਥੋੜ੍ਹੀ ਦੇਰ ਲਈ ਟਿਊਸ਼ਨ ਵੀ ਰੱਖਣੀ ਪੈਂਦੀ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਟੀਚਰ ਨਾਲ ਜਾ ਕੇ ਗੱਲ ਕਰਨ, ਕਿਹੜੀ ਕਿਹੜੀ ਚੀਜ਼ ਦੇ ਵਿੱਚ ਉਹ ਬੱਚਾ ਹਲੇ ਪਿੱਛੇ ਹੈਗਾ ਉਸ ਚੀਜ਼ ਜਿਹੜੀ ਉਹਨਾਂ ਨੂੰ ਕਵਰ ਕਰਨ। ਟਿਊਟਰ ਬੇਸ਼ੱਕ ਮਤਲਬ ਟਿਊਸ਼ਨ ਰੱਖ ਦੇਣ ਬੱਚੇ ਦੀ ਥੋੜ੍ਹੀ ਦੇਰ ਲਈ ਤੇ ਉਹਦਾ ਕੌਨਫੀਡੈਂਸ ਜਿਹੜਾ ਹੈਗਾ ਉਹਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਨ, ਤੇ ਮੇਰਾ ਖਿਆਲ ਉਹ ਫਿਰ ਜਿੱਦਾਂ ਇਸ ਚੀਜ਼ ਤੋਂ ਦੂਰ ਹੋ ਸਕਦਾ। ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ, ਰੀਅਲੀ ਐਪਰੀਸ਼ੀਏਟ ਦਿਸ। ਐਂਡ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਬਟ ਇਟਸ ਅ ਗ੍ਰੇਟ ਟਿਪ ਕਿ ਹਾਂ ਟੀਚਰ ਨਾਲ ਜਿਹੜੀ ਅਸੀਂ ਗੱਲ ਕੀਤੀ ਸੀ ਉਹ ਮੈਂ ਦੁਬਾਰਾ ਹਾਈਲਾਈਟ ਕਰਾਂਗੀ ਕਿ ਟੀਚਰ ਨਾਲ ਗੱਲ ਕਰਨ 'ਚ ਕੋਈ ਹਰਜ਼ ਨਹੀਂ, ਜ਼ਰੂਰ ਜਾ ਕੇ ਕਰੋ, ਪਾਰਟਨਰਸ਼ਿਪ ਦੇ ਵਿੱਚ ਇਸ ਬੱਚੇ ਦੀ ਬੈਟਰ ਹੈਲਪ ਹੋ ਸਕਦੀ ਹੈ। ਮੈਂ ਐਕਸਪੀਰੀਅੰਸਿਸ ਦੇ ਥਰੂ ਕਹਿ ਰਹੀ ਹਾਂ, ਬੜੇ ਬੱਚੇ ਜਿਹੜੇ ਕਿ ਬੜੇ ਸਮਾਰਟ ਸੀਗੇ ਔਰ ਨਹੀਂ ਕੁਛ ਕਰ ਰਹੇ ਸੀ ਹਾਈ ਸਕੂਲ ਦੇ ਵਿੱਚੋਂ ਵੀ ਮਿਡਲ ਸਕੂਲ 'ਚੋਂ ਵੀ, ਅਗਰ ਰਾਈਟਫੁਲੀ ਤੁਸੀਂ ਪਾਰਟਨਰਸ਼ਿਪ ਕਰਦੇ ਹੋ ਟੀਚਰ ਨਾਲ ਤਾਂ ਉਹ ਬੱਚਾ ਬਹੁਤ ਅੱਛੀ ਤਰ੍ਹਾਂ ਉਹਦੀ ਹੈਲਪ ਹੋ ਸਕਦੀ ਹੈ ਔਰ ਫਿਰ ਹੀ ਕੈਨ ਡੂ ਵੰਡਰਜ਼। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।